ਅਸੀਂ ਜਿੰਨਾ ਚਿਰ ਹਾਜ਼ਰੀ ਲੱਗਦੇ ਰਹੇ ਸਾਡੇ ਪਿਤਾ ਜੀ ਦਾ ਨਾਮ ਮੇਰੇ ਦਾ ਮੇਰੀ ਮਾਤਾ ਜੀ ਦਾ ਨਾਮ ਸਾਡੇ ਪਿੰਡ ਦਾ ਨਾਮ ਪੰਜਾਬੀ ਦੇ ਵਿੱਚ ਲਿਖਦੇ ਰਹੇ ਨੇ ਆਹ ਵੇਖੋ ਸਾਰੇ ਦਾ ਸਾਰਾ ਪ੍ਰੋਸੀਜਰ ਕਿਸ ਤਰੀਕੇ ਦੇ ਨਾਲ ਹੈ ਕਿਹੜਾ ਸਕੂਲ ਹੈ ਜਿੱਥੇ ਇਹ ਆਪਣੇ ਧਰਮ ਦਾ ਠੱਪਾ ਲਾ ਕੇ ਪੜ੍ਹਾਇਆ ਜਾ ਰਿਹਾ ਕਈ ਚੈਨਲਾਂ ਤੇ ਅਸੀਂ ਪਾਠੀ ਸਿੰਘਾਂ ਦੀਆਂ ਇੰਟਰਵਿਊਆਂ ਮੈਂ ਵੇਖਦਾ ਉਹ ਆਪਣੇ ਬੱਚੇ ਨੂੰ ਪਾਠੀ ਨਹੀਂ ਬਣਾ ਰਹੇ ਰਾਗੀ ਢਾਡੀ ਆਪਣੇ ਬੱਚੇ ਨੂੰ ਰਾਗੀ ਢਾਡੀ ਨਹੀਂ ਬਣਾ ਰਿਹਾ ਮੈਂ ਕਿਸੇ ਧਰਮ ਦਾ ਨਾਮ ਨਹੀਂ ਲੈ ਰਿਹਾ ਪਰ ਤੁਹਾਨੂੰ ਇੱਥੇ ਕੀ ਲੱਗਦਾ ਪਿਆ ਕਿ ਸੱਚੀ ਮੁੱਚੀ ਸਿੱਖਾਂ ਨੂੰ ਹੀ ਖਤਰਾ ਹੈ ਕਿ ਬਾਕੀ ਧਰਮਾਂ ਦੇ ਉੱਪਰ ਵੀ ਇਹ ਜਿਹੜਾ ਆ ਇਹ ਖਤਰੇ ਦੇ ਬੱਦਲ ਮੰਡਰਾ ਰਹੇ ਨੇ ਮੈਂ ਈਸਾਈ ਤਬਕੇ ਦੀ ਭੈਣ ਜਿਹੜੀ ਪੜ੍ਹਾਉਂਦੀ ਸੀ ਉਹਨਾਂ ਦੇ ਘਰ ਜਾ ਕੇ ਵੀ ਇਹ ਗੱਲ ਕੀਤੀ ਉਹ ਖੁਦ ਹੈਰਾਨ ਹੋ ਗਏ ਵੀ ਸਾਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਹੁਣ ਸਾਡੇ ਸਾਰੇ ਵੱਜ ਗਈਆਂ ਹੁਣ ਬਸ ਸਿਰ 'ਚ ਵੱਜਣ ਵਾਲੀ ਬਾਕੀ ਹੈ ਜਿੱਦਣ ਇੱਥੇ ਵੱਜ ਗਈ ਫਿਰ ਇਹਨਾਂ ਧਰਨਿਆਂ 'ਤੇ ਬਹਿ ਜਾਣਾ ਜੇ ਧਰਮ ਬਚਾਉਣਾ ਜੇ ਪ੍ਰਚਾਰਕਾਂ ਨੂੰ ਸਾਂਭ ਲਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗੁਰਦੁਆਰਿਆਂ ਨੂੰ 100% ਜਿੰਦਰੇ ਇਹਨਾਂ ਮਰਵਾ ਦੇਣੇ ਜੀ ਵੀ ਨਾ ਇਹ ਕਿਰਪਾਨ ਨਾ ਮਰੇ 84 ਦੇ ਵਿੱਚ ਇਹਨਾਂ ਨੇ ਟਾਇਰ ਪਾ ਪਾ ਮਾਰੇ ਠੀਕ ਆ ਹੁਣ ਇਹਨਾਂ ਨੇ ਕਲਮ ਦੀ ਮਾਰ ਮਾਰਨੀ ਸ਼ੁਰੂ ਕਰ ਦਿੱਤੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ ਦਰਸ਼ਕੋ ਜਿਵੇਂ ਤੁਹਾਨੂੰ ਪਤਾ ਹੈ ਪੰਜਾਬ ਦੀ ਧਰਤੀ ਦੇ ਉੱਪਰ ਕੋਈ ਵੀ ਐਸਾ ਮਾਮਲਾ ਆ ਜਾਂਦਾ ਤੇ 7 ਸਮੁੰਦਰ ਪਾਰ ਬੈਠੇ ਮੇਰੇ ਵੀਰ ਔਰ ਭੈਣਾਂ ਇੱਕਦਮ ਦੇਖਣਾ ਚਾਹੁੰਦੇ ਨੇ ਕਿ ਪੰਜਾਬ ਦੀ ਧਰਤੀ 'ਤੇ ਮਾਮਲਾ ਇਹ ਆ ਕਿਵੇਂ ਗਿਆ ਮੈਂ ਮਹਿਸੂਸ ਕਰਦਾ ਵਾਂ ਤੁਸੀਂ ਪਿੰਡ ਛੱਡਿਆ ਪਰ ਹਕੀਕਤ ਇਹ ਹੈ ਕਿ ਤੁਹਾਡੇ ਦਿਲਾਂ ਦੇ ਅੰਦਰ ਪਿੰਡਾਂ ਦੀਆਂ ਯਾਦਾਂ ਉਹ ਪਿੰਡਾਂ ਦੇ ਛੱਪੜ ਪਿੰਡਾਂ ਦੇ ਬੋਰਡ ਪਿੰਡਾਂ ਦੇ ਬਾਬੇ ਪਿੰਡਾਂ ਦੀਆਂ ਗਲੀਆਂ ਤੁਹਾਡੇ ਦਿਲੋਂ ਦਿਮਾਗ ਵਿੱਚੋਂ ਕਦੀ ਵੀ ਨਿਕਲ ਨਹੀਂ ਸਕਦੀ ਹੈ ਇਹ ਹਕੀਕਤ ਹੈ ਤੁਸੀਂ 7 ਸਮੁੰਦਰ ਪਾਰ ਬੈਠੇ ਜਦੋਂ ਅਕਾਲ ਚੈਨਲ ਦੇ ਰਾਹੀਂ ਉਹ ਪੂਰਾ ਪ੍ਰੋਗਰਾਮ ਦੇਖਦੇ ਹੋ ਤਾਂ ਤੁਹਾਡੇ ਅੰਦਰ ਦਰਦ ਆਉਂਦਾ ਹੈ ਮੈਂ ਅੱਜ ਤੁਹਾਡੇ ਨਾਲ ਉਸੇ ਮੁੱਦੇ ਦੀ ਸਾਂਝ ਪਾਉਣੀ ਚਾਹੁੰਦਾ ਵਾਂ ਜਿਹੜੀ ਵੀਰ ਹੀਰਾ ਸਿੰਘ ਬਲਟੋਆ ਨੇ ਸਾਡੇ ਨਾਲ ਪਿਛਲੇ 2 ਐਪੀਸੋਡ ਵਿੱਚ ਪਾਈ ਹੈ ਇਹ ਵੀਰ ਕਹਿ ਰਿਹਾ ਕਿ ਮੈਂ ਹੋਕਾ ਦੇ ਰਿਹਾ ਵਾਂ ਮੈਂ ਰੌਲਾ ਪਾ ਰਿਹਾ ਵਾਂ ਵੀ ਭਾਈ ਮੇਰੇ ਪੰਜਾਬ ਦੇ ਅੰਦਰ ਆਹ ਕੁਛ ਹੋ ਰਿਹਾ ਜੇ ਸਵਾਰ ਲਵੋ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਕਿਸੇ ਦੀ ਕਲਾਸ ਨਾ ਲਵੇ ਮੈਂ ਕਹਿੰਦਾ ਕਲਾਸ ਲਵੋ ਬੱਚਿਆਂ ਨੂੰ ਐਜੂਕੇਸ਼ਨ ਦਿਓ ਬੱਚਿਆਂ ਨੂੰ ਪੜ੍ਹਾਓ ਪਰ ਬੱਚਿਆਂ ਨੂੰ ਉਹ ਪੜ੍ਹਾਓ ਨਾ ਟਿਊਸ਼ਨ ਦੇ ਵਿੱਚ ਜੋ ਸਕੂਲ ਦੇ ਵਿੱਚ ਉਹਨਾਂ ਨੂੰ ਵਰਕ ਦਿੱਤਾ ਗਿਆ ਇਹ ਨਹੀਂ ਨਾ ਕਿ ਸਕੂਲ ਦਾ ਵਰਕ ਛੱਡ ਕੇ ਤੁਸੀਂ ਉਹ ਚੀਜ਼ਾਂ ਪੜ੍ਹਾਓ ਜਿਹੜੀਆਂ ਬੱਚੇ ਨੂੰ ਚਾਹੀਦੀਆਂ ਨਹੀਂ ਉਹ ਧਰਮ ਦੇ ਬਿਲਕੁਲ ਉਲਟ ਚੱਲਦੀਆਂ ਪਈਆਂ ਨੇ ਤੁਸੀਂ ਐਜੂਕੇਸ਼ਨ ਦਿਓ ਪਰ ਐਜੂਕੇਸ਼ਨ ਵਿੱਚ ਪਰੋਸ ਕੇ ਬੱਚਿਆਂ ਨੂੰ ਆਪਣਾ ਧਰਮ ਨਾ ਦਿਓ ਇਹ ਮੇਰੀ ਬੇਨਤੀ ਹੈ ਸੋ ਆਓ ਆਪਾਂ ਉਸੇ ਮੁੱਦੇ ਦੇ ਉੱਪਰ ਵੀਰ ਹੀਰਾ ਸਿੰਘ ਬਲਟੋਆ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਹੁਣ ਇਹਨਾਂ ਦਿਨਾਂ ਦੇ ਹਾਲਾਤ ਕੀ ਨੇ ਇਹ ਗੱਲ ਤਾਂ ਕਹਿਣੀ ਪੈ ਰਹੀ ਹੈ ਕਿਉਂਕਿ ਵੀਰ ਭੈਣਾਂ ਵਾਰ ਵਾਰ ਪੁੱਛਦੇ ਪਏ ਨੇ ਭਾਈ ਸਾਹਿਬ ਦੁਬਾਰਾ ਫਿਰ ਪੁੱਛੋ ਪੰਜਾਬ ਦੇ ਹਾਲਾਤਾਂ ਬਾਰੇ ਗੱਲਬਾਤ ਕਰੋ ਕਿੰਨਾ ਕਿੰਨਾ ਪਿੰਡਾਂ ਵਿੱਚ ਬੰਦ ਹੋ ਗਏ ਨੇ ਕਿੰਨਾ ਕਿੰਨਾ ਪਿੰਡਾਂ ਵਿੱਚ ਚੱਲਦੇ ਪਏ ਨੇ ਉਹ ਬੱਚੀਆਂ ਕੀ ਕਹਿ ਰਹੀਆਂ ਨੇ ਕੁਛ ਵੀਰ ਤਾਂ ਇੱਥੋਂ ਤੱਕ ਵੀ ਕਹਿ ਰਹੇ ਨੇ ਕਿ ਜੇ ਬੱਚੀਆਂ ਦੀ 800 ਤੋਂ ਲੈ ਕੇ 1200 ਰੁਪਈਏ ਤੱਕ ਤਨਖਾਹ ਪਿਛਲੇ ਦਿਨਾਂ ਵਿੱਚ ਮੈਂ ਤੁਹਾਡੇ ਨਾਲ ਸੈਕਿੰਡ ਪਾਰਟ ਦੇ ਵਿੱਚ ਗੱਲ ਕੀਤੀ ਸੀ ਕਿ 800 ਰੁਪਈਆ ਕੀ ਚੀਜ਼ ਹੁੰਦਾ ਅਤੇ ਇੱਕ ਬੱਚੀ 800 ਰੁਪਈਏ ਦੇ ਵਿੱਚ ਇੱਕ ਮਕੀਨਾ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੀ ਪਈ ਹੈ ਮੈਂ ਮਹਿਸੂਸ ਕਰਦਾ ਪਿਆ ਮੈਂ ਕਿੰਨੀ ਹੈਰਾਨਗੀ ਦੀ ਗੱਲ ਹੈ ਜੇ ਯੂਰਪ ਦੀ ਗੱਲ ਕਰੀਏ ਤਾਂ 800 ਰੁਪਈਆ ਕੀ ਹੈ 10 ਯੂਰੋ 10 ਐਰੋ ਬਣਦੇ ਨੇ ਕਮਾਲ ਦੀ ਗੱਲ ਹੈ ਇੱਕ ਮਕੀਨਾ 10 ਯੂਰੋ ਦੇ ਵਿੱਚ ਬੱਚੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੀ ਪਈ ਹੈ ਜੇ ਮੈਂ ਗੱਲ ਕਰਾਂ ਕਿਸੇ ਹੋਰ ਅਦਰ ਕੰਟਰੀ ਦੀ ਜੇ ਗੱਲ ਕਰਾਂ UK ਦੀ ਤਾਂ ਅੰਦਾਜ਼ਾ ਲਾ ਕੇ ਵੇਖੋ ਕਿੰਨੇ ਬਣਦੇ ਨੇ ਮੇਰੇ ਖਿਆਲ ਦੇ ਵਿੱਚ ਹਕੀਕਤ ਇਹ ਹੈ ਮਸਾਂ 8 ਪਾਉਂਡ ਬਣਦੇ ਨੇ ਬੱਚੀ 8 ਪਾਉਂਡ ਦੇ ਵਿੱਚ ਏਡੀਆਂ ਵੱਡੀਆਂ ਵੱਡੀਆਂ ਆਪਣੀਆਂ ਸੇਵਾਵਾਂ ਦੇ ਰਹੀ ਹੈ 800 ਤੋਂ ਲੈ ਕੇ 1200 ਤੱਕ ਵੀਰ ਕਹਿੰਦੇ ਨੇ ਕਿ ਉਸ ਭੈਣ ਦੀ ਤਨਖਾਹ ਲਾਈ ਜਾਂਦੀ ਹੈ ਵੀ ਤੇਰੀ ਇੰਨੀ ਤਨਖਾਹ ਇਸ ਤਨਖਾਹ ਦੇ ਵਿੱਚ ਤੂੰ ਕੰਮ ਕਰਨਾ ਜੇ ਸੱਚਮੁੱਚ ਸਰਕਾਰੀ ਤੌਰ ਦੇ ਉੱਪਰ ਸੰਸਥਾ ਪ੍ਰਮਾਣਕ ਹੈ ਏਕਲ ਵਿਦਿਆਲਿਆ ਤਾਂ ਮੈਂ ਚਾਹਾਂਗਾ ਇੱਥੇ ਲੇਬਰ ਕਮਿਸ਼ਨ ਆਪਣਾ ਪੱਖ ਸਪਸ਼ਟ ਕਰੇ ਕਿ ਭਾਰਤ ਦਾ ਲੇਬਰ ਕਮਿਸ਼ਨ ਇਸ ਗੱਲ ਦੀ ਪਰਮਿਸ਼ਨ ਦਿੰਦਾ ਕਿ ਇੱਕ ਬੱਚੀ 800 ਰੁਪਈਏ ਦੇ ਵਿੱਚ ਇੱਕ ਮਕੀਨਾ ਆਪਣੀਆਂ ਸੇਵਾਵਾਂ ਦੇਵੇ ਇਹ ਤਾਂ ਸਵਾਲ ਕਿਤੇ ਨਾ ਕਿਤੇ ਸਰਕਾਰੀ ਨੀਤੀਆਂ ਦੇ ਉੱਪਰ ਵੀ ਉੱਠਣਗੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਠਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤਹਿ ਤੱਕ ਜਾਵਾਂਗੇ ਇਸ ਸੰਸਥਾ ਦੇ ਪਿਛੋਕੜ ਤੱਕ ਜਾਵਾਂਗੇ ਅਤੇ ਬੇਨਤੀ ਕਿਹਾ ਮੇਰੀ ਜੇ ਸੱਚੀ ਮੁੱਚੀ ਸਰਕਾਰੀ ਸੰਸਥਾ ਕਹਿ ਇਹ ਤਾਂ ਮੈਂ ਹੱਥ ਬੰਨ੍ਹ ਕੇ ਫਿਰ ਬੇਨਤੀ ਕਰਦਾ ਮੈਂ ਧਰਮ ਪਰੋਸ ਕੇ ਨਾ ਦਿਓ ਐਜੂਕੇਸ਼ਨ ਬੱਚਿਆਂ ਨੂੰ ਦਿਓ ਪੰਜਾਬ ਦੇ ਬੱਚਿਆਂ ਨੂੰ ਐਜੂਕੇਟਡ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਆਪਣੀਆਂ ਵੀਡੀਓ ਉਸੇ ਦਿਨ ਹੀ ਬੰਦ ਕਰ ਦਿਆਂਗੇ ਵੀ ਨਹੀਂ ਭਾਈ ਐਜੂਕੇਸ਼ਨ ਵਿੱਚ ਸਾਡੇ ਸੁਧਾਰ ਹੋ ਰਿਹਾ
ਪਰ ਜੇ ਬੱਚਿਆਂ ਨੂੰ ਇਹ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਨੇ ਜੋ ਸਾਡੇ ਟੇਬਲ 'ਤੇ ਪਈਆਂ ਹੋਈਆਂ ਨੇ ਔਰ ਟੇਬਲ 'ਤੇ ਰੱਖ ਕੇ ਅਸੀਂ ਗੱਲਬਾਤ ਕਰਦੇ ਹਾਂ ਔਰ ਡਿਬੇਟ ਕਰਨ ਨੂੰ ਵੀ ਤਿਆਰ ਹਾਂ ਵੀ ਕੋਈ ਵੀ ਸੱਜਣ ਆਪਣਾ ਪੱਖ ਆ ਕੇ ਸਾਡੇ ਕੋਲ ਰੱਖੇ, ਇੱਧਰ ਵੀਰ ਹੀਰਾ ਸਿੰਘ ਬਲਟੋਆ ਅਤੇ ਇਹਨਾਂ ਦੇ ਦੋ ਸਾਥੀ ਬਿਠਾ ਲਵਾਂਗੇ, ਵਿਚਕਾਰ ਮੈਂ ਬੈਠ ਜਾਵਾਂਗਾ ਅਤੇ ਇੱਕ ਪਾਸੇ ਏਕਲ ਵਿਦਿਆਲਿਆ ਦੇ ਜਿਹੜੇ ਨੁਮਾਇੰਦੇ ਨੇ ਉਹ ਬੈਠ ਜਾਣ ਅਤੇ ਬੈਠ ਕੇ ਆਪੋ ਆਪਣੀ ਗੱਲ ਜਿਹੜੀ ਹੈ ਸਹੀ ਢੰਗ ਨਾਲ ਰੱਖ ਸਕਣ ਅਤੇ ਦੁਨੀਆ ਨੂੰ ਪਤਾ ਲੱਗ ਸਕੇ, ਅਸੀਂ ਤਾਂ ਇਹ ਵੀ ਬੇਨਤੀ ਕਰਦੇ ਹਾਂ। ਪਰ ਆਓ ਵੀਰ ਜੀ ਨੂੰ ਸਾਰੀ ਗੱਲਬਾਤ ਫਿਰ ਦੁਬਾਰਾ ਪੁੱਛਦੇ ਹਾਂ ਕਿ ਹੁਣ ਪੰਜਾਬ ਦੇ ਪਿੰਡਾਂ ਦੇ ਹਾਲਾਤ ਕੈਸੇ ਨੇ। ਪਰ ਸਭ ਤੋਂ ਪਹਿਲਾਂ ਆਪਣੇ ਪ੍ਰੋਗਰਾਮ ਵਿੱਚ ਹਿੱਸਾ ਬਣਨ ਦੇ ਲਈ ਵੀਰ ਹੀਰਾ ਸਿੰਘ ਬਲਟੋਆ ਨੂੰ ਫਤਿਹ ਦੀ ਸਾਂਝ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਵੀਰ ਹੀਰਾ ਸਿੰਘ ਬਲਟੋਆ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ। ਅਤੇ ਇੱਕ ਮੈਨੂੰ ਜਾਣਕਾਰੀ ਇਸ ਚੀਜ਼ ਦੀ ਦਿਓ ਕਿ ਜਦੋਂ ਇਹ ਚੀਜ਼ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੀ ਵੀ ਪ੍ਰੋਪਰਲੀ ਕੰਮ ਵਰਕ ਹੁੰਦਾ ਹੈ, ਬਿਲਕੁਲ, ਅਤੇ ਇਹ ਕੰਮ ਇਸ ਤਰੀਕੇ ਨਾਲ ਹੀ ਹੁੰਦਾ ਜਿਵੇਂ ਸਕੂਲ ਦੇ ਵਿੱਚ ਹਾਜ਼ਰੀ ਪੈਂਦੀ ਹੈ ਉਵੇਂ ਬੱਚਿਆਂ ਦੀ ਹਾਜ਼ਰੀ ਪੈ ਰਹੀ, ਇਸ ਤਰੀਕੇ ਨਾਲ ਹੋ ਰਿਹਾ? ਬਿਲਕੁਲ ਜੀ, ਬਿਲਕੁਲ ਇਸ ਤਰੀਕੇ ਨਾਲ ਹੋ ਰਿਹਾ। ਪਰ ਇੱਥੇ ਥੋੜ੍ਹੀ ਜਿਹੀ ਸਮਝਣ ਵਾਲੀ ਗੱਲ ਇਹ ਆ, ਸਕੂਲਾਂ ਦੇ ਵਿੱਚ ਬੱਚੇ ਜਾਂਦੇ ਨੇ, ਸਕੂਲ ਦੇ ਵਿੱਚ ਹਾਜ਼ਰੀ ਲੱਗਦੀ ਆ ਉਹ ਵੱਖਰੀ ਹੈ, 3 ਵਜੇ ਸਰਕਾਰੀ ਸਕੂਲਾਂ ਦੀ ਛੁੱਟੀ ਹੋ ਜਾਂਦੀ ਹੈ, ਉਸ ਤੋਂ ਬਾਅਦ ਦੇ ਵਿੱਚ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਫ੍ਰੀ ਟਿਊਸ਼ਨ ਪੜ੍ਹਾਈ ਜਾਂਦੀ ਹੈ। ਇੱਕ ਮਿੰਟ ਦੁਬਾਰਾ ਜਾਣਕਾਰੀ ਦਿਓ, ਜਿਹੜਾ ਬੱਚਾ ਸਵੇਰੇ ਸਕੂਲ ਦੇ ਵਿੱਚ ਜਾ ਰਿਹਾ, ਹਾਂਜੀ, 3 ਵਜੇ ਬੱਚੇ ਨੂੰ ਸਕੂਲ ਤੋਂ ਛੁੱਟੀ ਹੋ ਗਈ? ਹਾਂਜੀ, ਹੋ ਗਈ। ਮੈਂ ਏਕਲ ਵਿਦਿਆਲਿਆ ਦੀ ਗੱਲ ਕਰਦਾ ਪਿਆ ਵਾਂ, ਤੇ 3 ਵਜੇ ਬੱਚੇ ਨੂੰ ਸਕੂਲ ਤੋਂ ਛੁੱਟੀ ਹੋ ਗਈ, ਉਸ ਤੋਂ ਬਾਅਦ? ਬਿਲਕੁਲ। ਅੱਛਾ, ਉਸ ਤੋਂ ਬਾਅਦ ਇਹ ਕਲਾਸਾਂ ਲੱਗਦੀਆਂ? ਬਿਲਕੁਲ, ਉਸ ਤੋਂ ਬਾਅਦ ਘਰਾਂ ਦੇ ਵਿੱਚ ਕਲਾਸਾਂ ਲੱਗਦੀਆਂ, ਪਿੰਡਾਂ ਦੇ ਬੱਚਿਆਂ ਦੀਆਂ ਕਲਾਸਾਂ ਘਰਾਂ ਦੇ ਵਿੱਚ ਲੱਗਦੀਆਂ ਹੈ, ਤੇ ਘਰਾਂ ਦੇ ਵਿੱਚ ਇਸ ਸੰਸਥਾ ਨੇ ਬਕਾਇਦਾ ਆਪਣੇ ਰਜਿਸਟਰ ਦਿੱਤੇ ਹੋਏ ਆ ਜਿਨ੍ਹਾਂ ਦੇ ਉੱਪਰ ਹਾਜ਼ਰੀ ਲੱਗਦੀ ਹੈ, ਸਾਰੇ ਦਾ ਸਾਰਾ ਡਾਟਾ ਜਿਹੜਾ ਹੈ ਉਹ ਬੱਚੀਆਂ ਜਿਹੜੀਆਂ ਪੜ੍ਹਾਉਂਦੀਆਂ ਵਾ ਜਿਹੜੇ ਉੱਪਰ ਬੌਸ ਬੈਠੇ ਉਹਨਾਂ ਨੂੰ ਦਿੰਦੀ ਆ। ਮੈਂ ਉਹ ਰਜਿਸਟਰ ਵੀ ਨਾਲ ਲੈ ਕੇ ਆਇਆ ਜੀ। ਇਹ ਦੇਖੋ, ਇਸ ਤਰੀਕੇ ਦੇ ਨਾਲ ਇਹ ਹਾਜ਼ਰੀਆਂ ਲੱਗਦੀਆਂ ਨੇ, ਠੀਕ ਆ। ਇਹ ਸਾਰੇ ਦਾ ਸਾਰਾ ਜਿਹੜਾ ਮੇਨ ਇਹਦਾ ਅੱਗਾ ਹੈ ਉਹ ਹਿੰਦੀ 'ਚ ਹੈ ਜੀ। ਦੱਸੋ ਕਿਹੜਾ ਸਕੂਲ ਆ ਜਿੱਥੇ ਰਜਿਸਟਰ ਹਿੰਦੀ ਦੇ ਵਿੱਚ ਨੇ? ਅਸੀਂ ਜਿੰਨਾ ਚਿਰ ਹਾਜ਼ਰੀ ਲੱਗਦੇ ਰਹੇ, ਸਾਡੇ ਪਿਤਾ ਜੀ ਦਾ ਨਾਮ ਮੇਰੇ ਦਾ, ਮੇਰੀ ਮਾਤਾ ਜੀ ਦਾ ਨਾਮ, ਸਾਡੇ ਪਿੰਡ ਦਾ ਨਾਮ ਪੰਜਾਬੀ ਦੇ ਵਿੱਚ ਲਿਖਦੇ ਰਹੇ ਨੇ। ਆਹ ਵੇਖੋ ਸਾਰੇ ਦਾ ਸਾਰਾ ਪ੍ਰੋਸੀਜਰ ਕਿਸ ਤਰੀਕੇ ਦੇ ਨਾਲ ਹੈ ਜੀ। ਹਿੰਦੀ ਦੇ ਵਿੱਚ ਨਾਂ ਲਿਖੇ ਜਾਂਦੇ ਬੱਚਿਆਂ ਦੇ, ਹਾਜ਼ਰੀ ਲੱਗਦੀ ਹੈ, ਤੇ ਸਾਰੇ ਦਾ ਸਾਰਾ ਡਾਟਾ ਉਹਨਾਂ ਦੇ, ਮੇਰੇ ਤੋਂ ਇਹ ਲੈਣ ਦੀ ਕੋਸ਼ਿਸ਼ ਕੀਤੀ ਗਈ ਡਾਟਾ, ਪਰ ਮੈਂ ਇਹ ਲਾਈਵ ਕਰ ਦਿੱਤਾ, ਹੋ ਸਕਦਾ ਹੁਣ ਮੇਰੇ ਕੋਲੋਂ ਖੋਹ ਲੈਣ ਜੀ, ਮੇਰੇ ਨਾਲ ਧੱਕਾ ਕਰਨ, ਕੁਛ ਵੀ ਹੋ ਸਕਦਾ। ਕੁਛ ਵੀ ਹੋ ਸਕਦਾ, ਕਿਉਂਕਿ ਮੈਂ ਜਨਤਾ ਦੇ ਸਾਹਮਣੇ ਰੱਖੀ ਹੈ ਚੀਜ਼, ਮੈਂ ਸਿੱਖਾਂ ਨੂੰ ਸੁਚੇਤ ਕਰ ਰਿਹਾ ਹੈ, ਤੇ ਇਹ ਸਾਰੇ ਦੇ ਸਾਰੇ ਜਿੰਨਾ ਵੀ ਉਹਨਾਂ ਦਾ ਮਟੀਰੀਅਲ ਆ ਮੈਂ ਅਕਾਲ ਚੈਨਲ ਦੇ ਦੁਆਰਾ ਸਾਹਮਣੇ ਰੱਖ ਦਿੱਤਾ। ਮੈਂ ਧੰਨਵਾਦ ਕਰਦਾ ਅਕਾਲ ਚੈਨਲ ਦਾ ਵੀ ਉਹ ਮੇਰੀ ਆਵਾਜ਼ ਬੁਲੰਦ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ, ਬੜਾ ਰਿਸਪੌਂਸ ਮਿਲ ਰਿਹਾ ਲੋਕਾਂ ਦੇ। ਪਰ ਆਹ ਚੀਜ਼ਾਂ ਵੇਖੋ ਜਿਹੜੀਆਂ ਬੱਚਿਆਂ ਦੇ ਅੱਗੇ ਪਰੋਸੀਆਂ ਜਾ ਰਹੀਆਂ। ਬਿਲਕੁਲ ਜੀ, ਇਹ ਚੀਜ਼ ਮੈਂ ਦਰਸ਼ਕੋ ਤੁਹਾਨੂੰ ਥੋੜ੍ਹਾ ਜਿਹਾ ਪੜ੍ਹ ਕੇ ਸੁਣਾ ਦਿਆਂ, ਹਿੰਦੀ ਦੇ ਵਿੱਚ ਸਾਰਾ ਡਾਟਾ ਹੈ, ਅਤੇ ਇਹਦੇ ਵਿੱਚ ਆ ਗ੍ਰਾਮ ਕਾਰੀਆ ਵਿਵਰਣ, ਏਕਲ ਵਿਦਿਆਲਿਆ ਗ੍ਰਾਮ, ਇੱਕ ਵਾਰੀ ਫਿਰ ਸਮਝ ਲਓ। ਅਤੇ ਜਿਹੜਾ ਇਹਨਾਂ ਦਾ ਲੋਗੋਕ ਹੈ ਉਹ ਇੰਗਲਿਸ਼ ਦੇ ਵਿੱਚ ਹੈ, ਅਤੇ ਉਹਦੇ ਉੱਪਰ ਲਿਖਿਆ ਹੋਇਆ ਏਕਲ ਅਭਿਆਨ। ਹੁਣ ਉਹ ਇੰਗਲਿਸ਼ ਦੇ ਵਿੱਚ ਹੈ ਉਹ ਏਕਲ ਅਭਿਆਨ, ਅਤੇ ਜਿਹੜਾ ਅੱਗੇ ਲਿਖਿਆ ਗ੍ਰਾਮ ਕਾਰੀਆ ਵਿਵਰਣ, ਇਹਦਾ ਮਤਲਬ ਕਿ ਇਹ ਸਰਕਾਰ ਨਾਲ ਜੁੜੀ ਹੋਈ ਕੋਈ ਸੰਸਥਾ ਹੈ। ਪਰ ਮੈਂ ਤਾਂ ਫਿਰ ਸਵਾਲ ਕੀਤੇ ਨੇ, ਸਰਕਾਰ ਨਾਲ ਜੁੜੀ ਹੋਈ ਸੰਸਥਾ ਕਿ 800 ਰੁਪਈਆ ਇੱਕ ਬੱਚੀ ਨੂੰ ਮਹੀਨੇ ਦਾ, ਕੀ ਲੇਬਰ ਕਮਿਸ਼ਨ ਦੇ ਨਿਯਮ ਨੂੰ ਛਿੱਕੇ ਟੰਗ ਕੇ ਹੋ ਰਿਹਾ, ਕਿਵੇਂ ਹੋ ਰਿਹਾ? ਸੈਕਿੰਡ ਇਹ ਆ ਕਿ ਧਰਮ ਪਰੋਸ ਕੇ ਕਿਉਂ ਦਿੱਤਾ ਜਾ ਰਿਹਾ, ਕਿਉਂਕਿ ਆਹ ਬੁੱਕਸ ਮੇਰੇ ਕੋਲ ਨੇ, ਇਹਨਾਂ ਦੇ ਵਿੱਚ ਕਿਹੜੇ ਕਿਹੜੇ ਮੰਤਰ ਬੱਚਿਆਂ ਨੂੰ ਸਿਖਾਏ ਜਾ ਰਹੇ ਨੇ, ਕਿ ਉਹਨਾਂ ਦਾ ਸਿੱਖੀ ਨਾਲ ਕੋਈ ਵਾਹ ਵਾਸਤਾ, ਕੋਈ ਨਾਤਾ ਹੈ? ਮੇਰਾ ਤਾਂ ਇਹ ਵੀ ਇੱਕ ਸਵਾਲ ਬਣ ਜਾਂਦਾ। ਫਿਰ ਇਹਦੇ ਉੱਪਰ ਜਿਹੜੀ ਵੀਰ ਜੀ ਤੁਸੀਂ ਦੱਸ ਰਹੇ ਹੋ, ਵਿਖਾਓ ਸਾਨੂੰ, ਹਾਜ਼ਰੀਆਂ ਬੱਚਿਆਂ ਦੀਆਂ ਕਿਵੇਂ ਲੱਗਦੀਆਂ ਨੇ? ਸਭ ਤੋਂ ਪਹਿਲੀ ਤਾਂ ਗੱਲ ਇਹ ਵੇਖੋ, ਇਹ ਰਜਿਸਟਰ ਦੇ ਉੱਪਰ ਓਮ, ਅਸੀਂ ਕਿਸੇ ਦੇ ਧਾਰਮਿਕ ਚਿੰਨ੍ਹ ਦੇ ਉੱਪਰ ਸਵਾਲ ਨਹੀਂ ਕਰਦੇ ਜੀ, ਸਭ ਤੋਂ ਪਹਿਲਾਂ ਲਿਖਿਆ ਹੋਇਆ। ਅਸੀਂ ਜਿਹੜਾ ਮੰਨਦਾ ਮੰਨੇ, ਪਰ ਕਿਹੜਾ ਸਕੂਲ ਹੈ ਪੰਜਾਬ ਸਿੱਖਿਆ ਬੋਰਡ, CBSE ਬੋਰਡ, ਕਿਹੜਾ ਸਕੂਲ ਹੈ ਜਿੱਥੇ ਇਹ ਆਪਣੇ ਧਰਮ ਦਾ ਠੱਪਾ ਲਾ ਕੇ ਪੜ੍ਹਾਇਆ ਜਾ ਰਿਹਾ? ਆਹ ਸਭ ਤੋਂ ਵੱਡੀ ਸਮਝਣ ਵਾਲੀ ਗੱਲ ਇਹ ਆ, ਇਹ ਵੇਖੋ ਜੀ, ਆਹ ਸਭ ਤੋਂ ਉਤਲੇ ਬੰਨੇ ਕਾਲੇ ਅੱਖਰਾਂ ਦੇ ਵਿੱਚ ਇਹ ਸਭ ਤੋਂ ਸਮਝਣ ਵਾਲੀ ਗੱਲ ਇਹ ਹੈ। ਹੁਣ ਅੱਗੇ ਵੇਖੋ, ਬੜੇ ਤਰੀਕੇ ਦੇ ਨਾਲ ਮਖੂ ਸਾਹਿਬ ਇਹ ਸਾਰੇ ਦਾ ਸਾਰਾ ਕੰਮ ਹੈ ਨਾ, ਇਹ ਚੱਲ ਰਿਹਾ ਹੈ, ਠੀਕ ਹੈ। ਆਹ ਵੇਖੋ, ਜਿਸ ਤਰ੍ਹਾਂ ਮੈਂ ਨਾਮ ਲਿਆ ਸੀ, ਇਹ ਅਗਲੇ ਬੰਨੇ ਵੇਖੋ, ਇਹ ਨਾਮ ਕਿਸ ਤਰ੍ਹਾਂ ਹਾਜ਼ਰੀਆਂ ਲੱਗੀਆਂ ਹੋਈਆਂ ਨੇ, ਆਹ ਵੇਖੋ ਵਿੱਚੋਂ ਕੁਝ ਫਟੇ ਹੋਏ ਨੇ, ਮੈਂ ਬੜੇ ਤਰੀਕੇ ਨਾਲ ਬੜੇ ਸਾਂਭ ਕੇ ਰੱਖੇ ਹੋਏ ਨੇ, ਬੜੇ ਕੀਮਤੀ ਦਸਤਾਵੇਜ਼ ਨੇ। ਇਹ ਵੇਖੋ ਕਿਸ ਤਰੀਕੇ ਦੇ ਨਾਲ ਸਾਰੇ ਦਾ ਸਾਰਾ ਪ੍ਰੋਸੀਜਰ ਜਿਹੜਾ ਹੈ, ਨਾਮ ਨੇ ਬਿਲਕੁਲ ਬੱਚੀਆਂ ਦੇ ਨਾਮ ਲਿਖੇ ਹੋਏ ਨੇ, ਬਹੁਤ ਕੁਝ ਹੈ ਇੱਥੇ, ਬਿਲਕੁਲ ਇਹ ਆਪਣੇ ਕੋਲ ਸਾਰੇ ਦਾ ਸਾਰਾ ਡਾਟਾ ਹੈ। ਆਪਾਂ ਕਿੱਧਰ ਨੂੰ ਜਾ ਰਹੇ ਹਾਂ, ਆਹ ਵੇਖੋ ਜੀ ਕਿਸ ਤਰੀਕੇ ਦੇ ਨਾਲ, ਆਹ ਸਾਰੇ ਦਾ ਸਾਰਾ ਤੁਸੀਂ ਇੱਕ ਵਾਰੀ ਦਿਖਾਓ ਕੈਮਰੇ ਤੇ, ਬਿਲਕੁਲ ਮੈਂ ਕਿਸ ਤਰੀਕੇ ਉੱਪਰ ਇਹ ਚੀਜ਼ ਦਿਖਾ ਰਿਹਾ ਵਾਂ, ਕਿਸ ਤਰੀਕੇ ਦੇ ਨਾਲ ਇਹ ਕੀਤਾ ਜਾ ਰਿਹਾ। ਰਣਵੀਰ ਸਿੰਘ ਉਮਰ 7 ਸਾਲ, ਕਿਸੇ ਦੀ 8 ਸਾਲ, ਕਿਸੇ ਦੀ 9 ਸਾਲ, ਕਿਸੇ ਦੀ 4 ਸਾਲ, 6 ਸਾਲ, 11 ਸਾਲ, 12 ਸਾਲ, 8 ਸਾਲ, ਫਿਰ 11, 12, ਫਿਰ 8, ਬਿਲਕੁਲ ਕਰੀਬ ਇੰਜ ਕਹਿ ਕੇ ਚੱਲੀਏ ਵੀ 12
ਅਮਰਕੋਟ ਦੀ ਹੈ ਮੇਰੇ ਖਿਆਲ ਦੇ ਵਿੱਚ। ਨਹੀਂ ਇਹ ਵਾਂ ਭਾਈ ਤਾਰਾ ਸਿੰਘ ਵਾਂ ਤੋਂ ਮੈਨੂੰ ਮਿਲੀ ਹੈ। ਅੱਛਾ, ਤਾਰਾ ਸਿੰਘ ਵਾਂ ਤੋਂ ਤੁਹਾਨੂੰ ਮਿਲੀ ਹੈ? ਬਿਲਕੁਲ ਬਿਲਕੁਲ। ਤੇ ਹੋਰ ਵੀ ਪਿੰਡਾਂ ਦੇ ਵਿੱਚ ਜਦੋਂ ਮੈਂ ਇੱਕ ਬੇਨਤੀ ਕਰਦਾ, ਜਦੋਂ ਮੇਰੇ ਕੋਲ ਸਵਾਲ ਕਰਦੇ, ਮੈਂ ਕਹਿੰਦਾ ਆਪਣਾ ਮਟੀਰੀਅਲ ਵਿਖਾਓ, ਮੈਨੂੰ ਹਾਜ਼ਰੀ ਰਜਿਸਟਰ ਦਿਓ, ਤੇ ਬੱਚੀਆਂ ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ ਏ ਵੀ ਸਾਡੇ ਕੋਲ ਕੋਈ ਕਿਤਾਬ ਨਹੀਂ ਹੈਗੀ, ਅਸੀਂ ਸਿਰਫ ਸਕੂਲ ਦਾ ਸਿਲੇਬਸ ਹੀ ਪੜ੍ਹਾਉਂਦੇ ਹਾਂ। ਮਤਲਬ ਇਹ ਗੁਪਤ ਕਰ ਦਿੱਤੀਆਂ ਗਈਆਂ ਚੀਜ਼ਾਂ, ਮਤਲਬ ਇਹ ਚੀਜ਼ਾਂ ਗੁਪਤ ਕਰ ਦਿੱਤੀਆਂ ਗਈਆਂ। ਹੁਣ ਜੇ ਪਿੰਡਾਂ ਦੇ ਪੰਚ ਸਰਪੰਚ ਵੀ ਜਾ ਕੇ ਚੀਜ਼ਾਂ ਮੰਗਣਗੇ, ਉਹਨਾਂ ਨਹੀਂ ਦੇਣੀਆਂ। ਅੱਛਾ, ਉਹਨਾਂ ਨਹੀਂ ਦੇਣੀਆਂ ਕਿਉਂਕਿ ਇਹ ਬੰਦ ਕਰ ਦਿੱਤੀਆਂ ਗਈਆਂ ਉਹਨਾਂ ਨੇ, ਕਿਉਂਕਿ ਉਹਨਾਂ ਦਾ ਪਰਦਾ ਫਾਸ਼ ਹੋ ਰਿਹਾ ਹੈ ਹੁਣ ਹੌਲੀ ਹੌਲੀ। ਠੀਕ ਹੈ, ਤੇ ਮੈਂ ਫੇਰ ਕਹਿਣਾ ਚਾਹੁੰਦਾ ਵਾਂ ਜੇ ਆਪਣਾ ਪੱਖ ਰੱਖਣਾ ਹੈ ਆਪ ਜੀ ਦੇ ਕੋਲ ਆਉਣ, ਬਿਲਕੁਲ ਸਾਡੇ ਕੋਲ ਆਉਣ, ਅਸੀਂ ਉਹਨਾਂ ਦੀ ਗੱਲ ਵੀ ਸੁਣਾਂਗੇ। ਬਿਲਕੁਲ ਸੁਣ, ਜੇ ਮੈਨੂੰ ਲੱਗੇਗਾ ਤੇ ਮੈਂ ਇਸੇ ਤਰੀਕੇ ਦੇ ਨਾਲ ਤੁਹਾਡੇ ਮਾਧਿਅਮ ਤੇ ਬੈਠ ਕੇ ਮਾਫੀ ਮੰਗਣ ਨੂੰ ਵੀ ਤਿਆਰ ਵੀ ਮੈਂ ਉਹਨਾਂ ਦੇ ਸਵਾਲ ਖੜੇ ਕੀਤੇ ਨੇ, ਮੈਨੂੰ ਕੋਈ ਦਿੱਕਤ ਨਹੀਂ ਹੋਵੇਗੀ। ਪਰ ਸਵਾਲ ਇਹ ਹੈ ਵੀ ਬੱਚਿਆਂ ਦੇ ਅੱਗੇ ਪਰੋਸਿਆ ਕੀ ਜਾ ਰਿਹਾ? ਫਿਰ ਮੈਨੂੰ ਦੱਸੋ, ਆ ਮੈਂ ਕਿਤਾਬਾਂ ਹੱਥ ਦੇ ਵਿੱਚ ਲੈ ਹੀ ਲਵਾਂ, ਕਿਹੜਾ ਸਕੂਲ ਹੈ ਜਿਨ੍ਹਾਂ ਦੀਆਂ ਡਾਇਰੀਆਂ ਇੱਕ ਭਾਸ਼ਾ ਦੇ ਵਿੱਚ ਆ? ਕਿਹੜਾ ਸਕੂਲ, ਮੈਨੂੰ ਕੋਈ ਸਕੂਲ ਵਿਖਾਓ ਜਿਨ੍ਹਾਂ ਦੀਆਂ ਕਿਤਾਬਾਂ ਸਿਰਫ ਇੱਕ ਭਾਸ਼ਾ ਦੇ ਵਿੱਚ ਹੋਣ। ਔਰ ਸਟੇਟ ਲੈਂਗੁਏਜ ਇੱਥੇ ਕਿੱਥੇ ਆ? ਸਵਾਲ ਬਿਲਕੁਲ, ਪੰਜਾਬ ਦੀ ਸਟੇਟ ਲੈਂਗੁਏਜ ਜਿਹੜੀ ਹੈ ਉਹ ਪੰਜਾਬੀ ਹੈ। ਬਿਲਕੁਲ ਜੀ, ਤੇ ਖਾਦਰੀ ਲੱਗਦੀ ਪਈ ਹੈ ਸਾਰੀ ਹਿੰਦੀ ਦੇ ਵਿੱਚ? ਬਿਲਕੁਲ, ਰਜਿਸਟਰ ਸਾਰਾ ਹਿੰਦੀ ਦੇ ਵਿੱਚ ਹੈ। ਬਿਲਕੁਲ, ਤੇ ਬੱਚੇ ਜਿਹੜੇ ਨੇ 12 ਸਾਲ ਤੋਂ ਉੱਪਰ ਕੋਈ ਬੱਚਾ ਨਹੀਂ ਹੈ? ਸਾਰੇ 12 ਸਾਲ ਤੋਂ? ਇਹ ਬੜੇ ਸਵਾਲ ਨੇ। ਕੋਈ ਪੜਦਾ 6ਵੀਂ ਵਿੱਚ ਪੜਦਾ, ਕੋਈ 6ਵੀਂ ਵਿੱਚ ਪੜਦਾ, 4ਵੀਂ ਵਿੱਚ ਪੜਦਾ, ਕੋਈ ਨਰਸਰੀ ਵਿੱਚ ਪੜਦਾ। ਮੈਂ ਕਹਿੰਦਾ ਜੀ ਬੜੇ ਤਰੀਕੇ ਦੇ ਨਾਲ ਇਹ ਜਿਹੜੀ ਆ ਨਾ ਸਾਰੇ ਦੀ ਸਾਰੀ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਜੀ। ਇਹ ਵੇਖੋ ਹਿੰਦੀ ਦੇ ਵਿੱਚ ਇਹ ਇੱਕ ਕਾਪੀ ਵੀ ਮਿਲੀ ਹੈ ਮੈਨੂੰ ਕਿਸੇ ਬੱਚੀ ਤੋਂ। ਇਹ ਜਿਹੜੀ ਬੱਚੀ ਦੀ ਕਾਪੀ ਆ ਪਹਿਲਾਂ ਇਹ ਪੜ੍ਹਾਉਂਦੀ ਸੀ, ਪਰ ਜਦੋਂ ਇਹਨੂੰ ਲੱਗਾ ਵੀ ਗਲਤ ਆ ਇਹਨੇ ਛੱਡ ਦਿੱਤਾ। ਇਹ ਬੱਚੀ ਨੇ ਮੇਰੇ ਨਾਲ ਬੈਠ ਕੇ ਵਿਚਾਰ ਕੀਤੀ, ਮੈਨੂੰ ਬੜਾ ਕੁਛ ਇਹਨੇ ਦੱਸਿਆ ਵਾ। ਜੇ ਬਹੁਤੀ ਜ਼ਰੂਰਤ ਹੋਵੇਗੀ ਨਾ ਮੈਂ ਉਹ ਬੱਚੀਆਂ ਕੈਮਰੇ ਦੇ ਸਾਹਮਣੇ ਲਿਆ ਦਿਆਂਗਾ। ਉਹ ਕੈਮਰੇ ਸਾਹਮਣੇ ਆਉਣ ਨੂੰ ਤਿਆਰ ਨੇ? ਆਪਾਂ ਕਿਸੇ ਤਰੀਕੇ ਨਾਲ ਲੈ ਆਵਾਂਗੇ, ਅਸੀਂ ਵੀ ਧੀਆਂ ਭੈਣਾਂ ਵਾਲੇ ਹਾਂ, ਅਸੀਂ ਨਹੀਂ ਚਾਹੁੰਦੇ, ਪਰ ਕੋਈ ਤਰੀਕਾ ਤਾਂ ਕੋਈ ਆਈਡੀਆ ਫਿਰ ਕੋਈ ਢੰਗ ਲੱਭਣਾ ਤੇ ਪਵੇਗਾ ਨਾ। ਕੌਮ ਵੀ ਬਚਾਉਣੀ ਹੈ। ਬਿਲਕੁਲ, ਜਦੋਂ ਕੋਈ ਕਿਰਪਾਨ ਮਾਰ ਰਿਹਾ ਹੈ ਫਿਰ ਢਾਲ ਤਾਂ ਅੱਗੇ ਕਰਨੀ ਪਵੇਗੀ ਨਾ ਕਿਸੇ ਤਰੀਕੇ ਨੂੰ, ਨਹੀਂ ਤੇ ਫਿਰ ਛਾਤੀਆਂ ਦੀਆਂ ਢਾਲਾਂ ਤਾਂ ਅਸੀਂ ਪਹਿਲੇ ਦਿਨ ਤੋਂ ਬਣਾਈਆਂ ਨੇ, ਕੋਈ ਬਾਤ ਨਹੀਂ। ਫਿਰ ਇੰਨਾ ਕੁ ਤਾਂ ਸਾਡੇ ਵਿੱਚ ਹੈ ਹੀ ਆ, ਪਰ ਜਿੱਥੋਂ ਤੱਕ ਅਸੀਂ ਕਰ ਰਹੇ ਹਾਂ ਓਨੀ ਦੇਰ ਕਰਾਂਗੇ। ਮੁੱਕਦੀ ਗੱਲ ਆ, ਜਿੰਨੀ ਦੇਰ ਤੱਕ ਸਾਡੀਆਂ ਸੰਪਰਦਾਵਾਂ, ਸਾਡੀਆਂ ਸੰਸਥਾਵਾਂ, ਸਾਡੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਪੰਚ ਸਰਪੰਚ ਰਾਜਨੀਤੀ ਤੋਂ ਉੱਪਰ ਉੱਠ ਕੇ ਧਰਮ ਨੂੰ ਮੁੱਖ ਰੱਖ ਕੇ ਕੰਮ ਨਹੀਂ ਕਰਦੇ, ਓਨੀ ਦੇਰ ਤੱਕ ਸਾਡੇ ਪਿੰਡਾਂ ਦੇ ਵਿੱਚ ਚੀਜ਼ ਦਾ ਸੁਧਾਰ ਨਹੀਂ ਹੋ ਸਕਦਾ। ਜਿੱਥੇ ਮਰਜ਼ੀ ਅਸੀਂ ਜ਼ੋਰ ਲਾ ਲਈਏ, ਰੌਲਾ ਪਾਈ ਜਾਈਏ, ਜੋ ਮਰਜ਼ੀ ਕਰੀ ਜਾਈਏ, ਨਹੀਂ ਜਿੰਨੀ ਦੇਰ ਤੱਕ ਅਸੀਂ ਸੁਚੇਤ ਨਹੀਂ ਹੁੰਦੇ ਤੇ ਜਿੰਨੀ ਦੇਰ ਤੱਕ ਮਖੂ ਸਾਹਿਬ ਅਸੀਂ ਆਪਣੇ ਪ੍ਰਚਾਰਕਾਂ ਨੂੰ ਨਹੀਂ ਸਾਂਭਦੇ, ਜਿੰਨੀ ਦੇਰ ਤੱਕ ਅਸੀਂ ਆਪਣੇ ਪ੍ਰਚਾਰਕਾਂ ਨੂੰ ਨਹੀਂ ਸਾਂਭਦੇ ਓਨੀ ਦੇਰ ਤੱਕ ਕੁਛ ਨਹੀਂ ਹੋ ਸਕਦਾ। ਮੈਂ ਪਿੱਛੇ ਵੀ ਗੱਲ ਕੀਤੀ ਸੀ, ਬਹੁਤ ਸਾਰੇ ਪ੍ਰਚਾਰਕ ਇਸ ਕੰਮ ਨੂੰ ਛੱਡਣਾ ਚਾਹੁੰਦੇ ਨੇ। ਕਈ ਚੈਨਲਾਂ ਤੇ ਅਸੀਂ ਪਾਠੀ ਸਿੰਘਾਂ ਦੀਆਂ ਇੰਟਰਵਿਊਆਂ ਮੈਂ ਵੀ ਵੇਖਦਾ, ਉਹ ਆਪਣੇ ਬੱਚੇ ਨੂੰ ਪਾਠੀ ਨਹੀਂ ਬਣਾ ਰਹੇ, ਰਾਗੀ ਢਾਡੀ ਆਪਣੇ ਬੱਚੇ ਨੂੰ ਰਾਗੀ ਢਾਡੀ ਨਹੀਂ ਬਣਾ ਰਿਹਾ। ਇਸ ਚੀਜ਼ ਨੂੰ ਮੈਂ ਇਹ ਵੀ ਗੱਲ ਕਹਿਣ ਤਾਂ ਮੈਂ ਸੰਗਤ ਤੋਂ ਮਾਫੀ ਮੰਗਦਾ ਗੱਲ ਕਹਿਣ ਤੋਂ, ਆਉਣ ਵਾਲੇ ਸਮੇਂ ਦੇ ਵਿੱਚ ਜੈਸੇ ਹਾਲਾਤ ਨੇ ਗੁਰਦੁਆਰਿਆਂ ਨੂੰ ਜਿੰਦਰੇ ਵੱਜ ਜਾਣੇ, ਜੈਸੇ ਹਾਲਾਤ ਬਣੇ ਪਏ ਨੇ, ਜਾਤਾਂ ਪਾਤਾਂ ਦੇ ਨਾਮ 'ਤੇ ਅਸੀਂ ਵੰਡੇ ਹਾਂ, ਵੰਡਿਆ ਕਿੰਨਾ ਨੇ, ਜਿਹੜੇ ਕਹਿੰਦੇ ਅਸੀਂ ਪੰਥ ਪਰਮਾਤ ਰਹਿਤ ਮਰਿਆਦਾ ਨਹੀਂ ਮੰਨਦੇ, ਜਿਹੜੇ ਕਹਿੰਦੇ ਆ ਸਾਡੇ ਲੰਗਰਾਂ ਦੇ ਉੱਪਰ ਜਿਹੜੀਆਂ ਦੁਨਿਆਵੀ ਤੌਰ 'ਤੇ ਬਣਾਈਆਂ ਹੋਈਆਂ ਜਾਤਾਂ ਨੇ, ਉਸ ਜਾਤ ਦੀ ਕੋਈ ਭੈਣ ਸਾਡੇ ਲੰਗਰ 'ਤੇ ਨਹੀਂ ਚੜ੍ਹ ਸਕਦੀ, ਨਹੀਂ ਚੜ੍ਹ ਸਕਦੀ। ਵਾਕਈ ਜਿਨ੍ਹਾਂ ਨੇ ਅੰਮ੍ਰਿਤ ਦੇ ਬਾਟੇ ਵੰਡ ਦਿੱਤੇ ਨੇ, ਜਿਹੜੇ ਕਹਿੰਦੇ ਆ ਫਲਾਣੇ ਦਾ ਬਾਟਾ ਹੈ ਫਲਾਣੇ ਦਾ ਬਾਟਾ, ਉਹਨਾਂ ਨੇ ਸਾਡੀ ਕੌਮ ਦਾ ਇੰਨਾ ਘਾਣ ਕੀਤਾ ਹੈ ਵੀ ਇੰਨਾ ਮੇਰੇ ਖਿਆਲ ਦੇ ਨਾਲ ਡੋਗਰਿਆਂ ਨੇ ਨਹੀਂ ਕੀਤਾ ਹੋਣਾ, ਜਿੰਨਾ ਅੱਜ ਧਰਮ ਦਾ ਬਾਣਾ ਪਾ ਕੇ ਹੋ ਰਿਹਾ ਹੈ ਜੀ। ਤੇ ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਪਸਾ ਦਿੱਤਾ ਗਿਆ ਹੈ। ਜਦੋਂ ਚਾਣਕਿਆ ਨੀਤੀ ਪੜ੍ਹਦੇ ਹਾਂ ਉਹਦੇ ਵਿੱਚ ਪੱਕੀ ਗੱਲ ਹੈ ਵੀ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੈ ਪਾਣੀ ਖੋਲੋ, ਉਹਨਾਂ ਦੇ ਪ੍ਰਚਾਰਕਾਂ ਨੂੰ ਆਪਸ ਵਿੱਚ ਲੜਾ ਦਿਓ। ਇਹ ਬੜੇ ਤਰੀਕੇ ਦੇ ਨਾਲ ਸਾਨੂੰ ਉਲਝਾ ਕੇ, ਜਿਵੇਂ ਬਾਬਾ ਢਿੰਡਰੀਆਂ ਵਾਲੇ ਜੀ ਦਾ ਮਸਲਾ ਚੱਲ ਰਿਹਾ, ਭਾਈ ਜਨਾਲਾ ਸਾਹਿਬ ਜੀ ਦਾ ਮਸਲਾ, ਉਹ ਇੱਕ ਦੂਜੇ ਦੇ ਨਾਲ ਗੁੱਥਮ ਗੁੱਥਾ ਉਹਨੂੰ ਤਿਆਰ ਹੋਏ ਨੇ, ਸੰਗਤ ਦੋ ਧੜਿਆਂ 'ਚ ਵੰਡੀ ਗਈ ਹੈ, ਉਹਨਾਂ ਨੇ ਵੰਡਿਆ, ਇਹ ਵੰਡੀ ਨਹੀਂ ਵੰਡਿਆ ਗਿਆ ਹੈ। ਐਸੀ ਸਥਿਤੀ ਦੇ ਵਿੱਚ ਐਸੇ ਸਮੇਂ ਵਿੱਚ ਪੁਲ ਬਣ ਕੇ ਅੱਗੇ ਆਉਣ ਦਾ ਯਤਨ ਵੀ ਕੋਈ ਨਹੀਂ ਨਾ ਕਰਦਾ ਪਿਆ, ਕੋਈ ਐਸਾ ਪੁਲ ਬਣੇ ਨਾ ਦੋਵਾਂ ਧਿਰਾਂ ਦੇ ਅੰਦਰ। ਮੈਂ ਇੱਥੇ ਆਪਾਂ ਏਕਲ ਵਿਦਿਆਲਿਆ ਦੇ ਇਰਦ ਗਿਰਦ ਗੱਲਬਾਤ ਰੱਖਦੇ ਹਾਂ ਦੋਸਤੋ, ਤੁਹਾਨੂੰ ਥੋੜ੍ਹੀ ਜਿਹੀ ਗੱਲ ਦੀ ਜਾਣਕਾਰੀ ਦੇ ਦਿਆਂ। ਅਕਾਲ ਚੈਨਲ ਦੇ ਹੱਥ ਉਹ ਸਬੂਤ ਲੱਗੇ ਨੇ ਜਿਹੜੇ ਬੜੇ ਅਹਿਮ ਨੇ, ਔਰ ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕਾ, ਇੱਕ ਵਾਰੀ ਫਿਰ ਦੱਸਦੇ ਹਾਂ। ਹਾਜ਼ਰੀ ਰਜਿਸਟਰ ਜਿਹੜਾ ਲੱਗਦਾ ਪਿਆ ਉਹਦੇ 'ਤੇ ਬਣਿਆ ਹੋਇਆ ਓਮ ਅਤੇ ਅੱਗੇ ਲਿਖਿਆ ਏਕਲ ਅਭਿਆਨ। ਅਤੇ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਜੇ ਸੱਚੀ ਮੁੱਚੀ ਭਾਰਤ ਦੇ ਇਹ ਪ੍ਰਮਾਣਿਤ ਸੰਸਥਕ ਹੈ ਕਿ ਇੱਕ ਹੀ ਭਾਰਤ ਵਿੱਚ ਧਰਮ ਹੈ, ਕਿ ਸੰਵਿਧਾਨ ਸਾਨੂੰ ਇਸ ਗੱਲ ਦੀ ਪਰਮਿਸ਼ਨ ਦੇ ਰਿਹਾ, ਸਾਨੂੰ ਇਹ ਵੀ ਚੀਜ਼ਾਂ ਦੀ ਆ ਕੇ ਗੌਰ ਕਰਨੀ ਪੈਣੀ ਹੈ। ਭਾਰਤ ਇੱਕ ਗੁਲਦਸਤਾ ਹੈ, ਇੱਥੇ ਅਨੇਕਾਂ ਧਰਮ ਦੇ ਅਨੇਕਾਂ ਮਜ਼ਹਬਾਂ ਦੇ ਲੋਕ ਰਹਿੰਦੇ ਨੇ,
ਤੇ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬੜੇ ਘਾਤਕ ਨਤੀਜੇ ਵੀ ਵੇਖਣ ਨੂੰ ਮਿਲਣਗੇ। ਤੇ ਵੀਰ ਜੀ, ਜਿਵੇਂ ਆਹ ਚੀਜ਼ ਤੁਸੀਂ ਦੇਖਿਆ, ਓਮ, ਮੈਂ ਕਿਸੇ ਧਰਮ ਦਾ ਨਾਮ ਨਹੀਂ ਲੈ ਰਿਹਾ, ਪਰ ਤੁਹਾਨੂੰ ਇੱਥੇ ਕੀ ਲੱਗਦਾ ਪਿਆ ਕਿ ਸੱਚੀ ਮੁੱਚੀ ਸਿੱਖਾਂ ਨੂੰ ਹੀ ਖਤਰਾ ਹੈ ਕਿ ਬਾਕੀ ਧਰਮਾਂ ਦੇ ਉੱਪਰ ਵੀ ਇਹ ਜਿਹੜਾ ਆ ਇਹ ਖਤਰੇ ਦੇ ਬੱਦਲ ਮੰਡਰਾ ਰਹੇ ਨੇ? ਵੇਖੋ ਜੀ, ਜਦੋਂ ਅਸੀਂ ਧਰਮਾਂ ਦੀ ਗੱਲ ਕਰਾਂਗੇ ਵੀ ਕਿਹੜੇ ਕਿਹੜੇ ਧਰਮ ਨੂੰ ਖਤਰਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੀ ਜਦੋਂ ਅਸੀਂ ਫਿਲਾਸਫੀ ਨੂੰ ਪੜ੍ਹਦੇ ਹਾਂ, ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ, ਉਹ ਜਿੱਥੇ ਵੀ ਗਏ ਨੇ ਉਹਨਾਂ ਨੇ ਚੰਗਾ ਸੁਚੇਤ ਮਨੁੱਖ ਬਣਨ ਦੀ ਗੱਲ ਕੀਤੀ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਚੰਗੇ ਨਿਰਮਲ ਰਾਹ ਦੇ ਪਾਂਧੇ ਬਣਾਇਆ, ਕਿਸੇ ਵੀ ਮੇਨ ਦੇ ਵਿੱਚ ਨਹੀਂ ਉਹਨਾਂ ਨੇ ਜੋੜਿਆ। ਪਰ ਅੱਜ ਜੋ ਹੋ ਰਿਹਾ ਹੈ ਉਹ ਆਪੋ ਆਪਣੇ ਪੈਗੰਬਰਾਂ ਦੇ ਰਸਤਿਆਂ ਤੋਂ ਜਿਹੜੇ ਸਿਧਾਂਤ ਵੱਖਰੇ ਨੇ ਉਹ ਧਰਮ ਦੀ ਆੜ ਦੇ ਵਿੱਚ ਵੱਖਰੇ ਬਣਾ ਲਏ ਗਏ ਨੇ ਤੇ ਉਹਨਾਂ ਨੂੰ ਹੀ ਪ੍ਰਚਾਰਿਆ ਜਾ ਰਿਹਾ। ਹੁਣ ਤੁਸੀਂ ਇਹ ਹੌਲੀ ਹੌਲੀ ਜਦੋਂ ਪਿੰਡਾਂ ਦੇ ਵਿੱਚ ਆਵੇਗਾ, ਕਿਉਂਕਿ ਭਾਰਤ, ਹਿੰਦੁਸਤਾਨ ਤੇ ਇੰਡੀਆ, ਕੋਈ ਕਹਿ ਰਿਹਾ ਇਹ ਹਿੰਦੁਸਤਾਨ ਨਾਂ ਨਹੀਂ ਹੈ, ਕੋਈ ਕਹਿ ਰਿਹਾ ਭਾਰਤ ਨਹੀਂ, ਕੋਈ ਵੀ ਹੈ, ਅਸੀਂ ਇਸ ਦੇਸ਼ ਦੇ ਖਿਲਾਫ ਨਹੀਂ ਹੈ। ਜਿਹੜਾ ਜਾਵੇਗਾ ਅਸੀਂ ਸਗੋਂ ਨਾਲ ਡਟ ਕੇ ਉਹਦਾ ਮੁਕਾਬਲਾ ਕਰਾਂਗੇ, ਕਿਉਂਕਿ ਪਹਿਲੇ ਦਿਨੋਂ ਜਰਵਾਣੇ ਲੁੱਟਦੇ ਆਏ, ਅਸੀਂ ਸਾਥ ਦਿੱਤਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਵਾਂਗੇ। ਪਰ ਜੇ ਇਸੇ ਤਰੀਕੇ ਨਾਲ ਚੱਲਦਾ ਰਿਹਾ ਤੇ ਜਿੰਨੇ ਵੀ ਦੂਜੇ ਆਮ ਧਰਮ ਨੇ, ਇਸਲਾਮ ਧਰਮ ਨਾਲ ਕੀ ਹੋ ਰਿਹਾ ਸਾਡੇ ਸਾਹਮਣੇ ਕਿੱਡੀ ਵੱਡੀ ਉਦਾਹਰਨ ਹੈ। ਇਸ ਤੋਂ ਬਾਅਦ ਫਿਰ ਸਿੱਧੀ ਜੀ ਗੱਲ ਆ ਵੀ ਵਾਰੀ ਸਾਡੀ ਵੀ ਜੀ ਵੀ ਕਹਿ ਲੋਕ ਸ਼ੇਖ ਖਤਰਾ ਇਕੱਲਾ ਸਿੱਖਾਂ ਨੂੰ ਨਹੀਂ ਹੈ, ਕਿਉਂਕਿ ਇੱਕ ਧਰਮ ਦੀ ਗੱਲ ਕੀਤੀ ਜਾ ਰਹੀ ਹੈ, ਇੱਥੇ ਮੁਸਲਮਾਨ ਨੂੰ ਵੀ ਖਤਰਾ, ਈਸਾਈ ਨੂੰ ਵੀ ਖਤਰਾ, ਬਿਲਕੁਲ ਇੱਥੇ ਸਿੱਖਾਂ ਨੂੰ ਵੀ ਖਤਰਾ, ਸਾਰਿਆਂ ਨੂੰ ਖਤਰਾ। ਇਸ ਕਰਕੇ ਕਹਿਣ ਤੋਂ ਭਾਵ ਕਿ ਐਜੂਕੇਸ਼ਨ ਦਿੱਤੀ ਜਾਵੇ, ਧਰਮ ਦਾ ਠੱਪਾ ਲਾ ਕੇ ਨਾ ਦਿੱਤੀ ਜਾਵੇ, ਬਿਲਕੁਲ ਜੀ, ਬਿਲਕੁਲ ਕੋਈ ਓਬਜੈਕਸ਼ਨ ਨਹੀਂ। ਮੈਂ ਗੱਲ ਤੁਹਾਡੀ ਗੱਲ 'ਚ ਐਡ ਕਰਦਾ, ਗੱਲ ਜੀ ਇੱਕ ਗੱਲ ਐਡ ਕਰਦਾ ਮਗੂ ਸਾਹਿਬ ਜੀ, ਮੈਂ ਈਸਾਈ ਤਬਕੇ ਦੀ ਭੈਣ ਜਿਹੜੀ ਪੜ੍ਹਾਉਂਦੀ ਸੀ ਉਹਨਾਂ ਦੇ ਘਰ ਜਾ ਕੇ ਵੀ ਇਹ ਗੱਲ ਕੀਤੀ, ਉਹ ਖੁਦ ਹੈਰਾਨ ਹੋ ਗਏ ਵੀ ਸਾਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਇਕੱਲਾ ਇਹ ਨਹੀਂ, ਜਿਸ ਤਬਕੇ ਦੀਆਂ ਬੱਚੀਆਂ ਨੂੰ ਲਿਆ ਜਾਂਦਾ ਵਾ ਈਸਾਈ ਮਤ ਦੀਆਂ ਲੈਣ, ਇਸਲਾਮ ਜਿਸ ਤਰ੍ਹਾਂ ਮੈਂ ਉਹਨਾਂ ਨੂੰ ਵੀ ਜਾ ਕੇ ਸੁਚੇਤ ਕਰਦਾ ਕਿ ਭਾਈ ਇਹ ਕੁਝ ਲੋਕ ਨੇ ਕੱਟੜਪੰਥੀ ਜਿਹੜੇ ਇਹ ਕੰਮ ਕਰ ਰਹੇ ਨੇ, ਜਿਵੇਂ ਸ਼ਿਵ ਸੈਨਾ ਵਾਲੇ ਜਿਹੜੇ ਬਹੁਤ ਜਿਹੜੇ ਆਪਣੇ ਕੁਝ ਨੇ, ਕਈ ਵੀਰ ਮੇਰੇ ਮਿੱਤਰ ਵੀ ਨੇ, ਐਸੀ ਕੋਈ ਬਾਤ ਨਹੀਂ ਗੀ। RSS ਦੇ ਜਿਹੜੇ ਮੇਨ ਨੇ ਜਿਹੜੇ ਕਹਿੰਦੇ ਸਾਡਾ ਮੇਨ ਏਜੰਡਾ ਹੀ ਇਹ ਹੈ ਵੀ ਬਾਕੀਆਂ ਨੂੰ ਭੇਜੋ ਪਾਕਿਸਤਾਨ ਤੇ ਇੱਥੇ ਸਿਰਫ ਸਾਡਾ ਨਾਰਾ ਬੁਲੰਦ ਹੋਵੇਗਾ, ਇਹ ਉਹਨਾਂ ਵੱਲੋਂ ਬੜੀ ਤਰੀਕੇ ਦੇ ਨਾਲ ਪਰੋਸੀ ਜਾ ਰਹੀ ਹੈ ਸਾਡੇ ਪਿੰਡਾਂ ਦੇ ਵਿੱਚ ਚੀਜ਼। ਮੈਂ ਚਾਹਾਂਗਾ ਆਪਾਂ ਏਕਲ ਵਿਦਿਆਲਿਆਂ ਦੀ ਗੱਲ ਹੀ ਕੀਤੀ ਜਾਵੇ ਤੇ ਇਹਦੇ ਇਰਦ ਗਿਰਦ ਹੀ ਆਪਣੀ ਗੱਲ ਅੱਜ ਰੱਖੀਏ, ਦੁਨੀਆਂ ਨੂੰ ਦੱਸੀਏ, ਬਿਲਕੁਲ, ਕਿਉਂਕਿ ਆਪਣਾ ਮੁੱਦਾ ਏਜੰਡਾ ਅੱਜ ਏਕਲ ਅਭਿਆਨ ਦੇ ਉੱਪਰ ਹੈ। ਹਾਂਜੀ, ਮੈਂ ਚਾਹਾਂਗਾ ਵੀ ਆਹ ਜਿਹੜੀ ਚੀਜ਼ ਹੈ, ਕਿਉਂਕਿ ਤੁਸੀਂ ਕੱਢ ਕੇ ਲੈ ਕੇ ਆਏ ਹੋ, ਹਾਂਜੀ, ਜਿਵੇਂ ਇਹ ਪਿੰਡਾਂ ਦੇ ਨਾਮ ਲਿਖੇ ਨੇ, ਬਿਲਕੁਲ, ਇਹ ਲਿਖਿਆ ਅੰਚਲ ਤਰਨ ਤਾਰਨ। ਹੁਣ ਮੈਨੂੰ ਦੱਸਿਆ ਜੇ ਪੰਜਾਬੀ ਵਾਲੇ ਨੂੰ ਕੀ ਪਤਾ ਵੀ ਅੰਚਲ ਦੇ ਕੀ ਅਰਥ ਹੁੰਦੇ ਨੇ। ਅੱਗੇ ਲਿਖਿਆ ਸੰਕੁਲ ਅਮਰਕੋਟ, ਵੀ ਕਿਹੜਾ ਪਿੰਡ ਹੈ। ਹੁਣ ਦੱਸੋ ਵੀ ਜੇ ਸੰਕੁਲ ਮੈਂ ਤੁਹਾਨੂੰ ਦੱਸਾਂਗਾ ਤਾਂ ਕੀ ਲੱਗੇਗਾ ਪਤਾ, ਜੇ ਮੈਂ ਕਹਾਂਗਾ ਅੰਚਲ ਤੇ ਤੁਹਾਨੂੰ ਕੀ ਲੱਗੇਗਾ ਪਤਾ, ਬਿਲਕੁਲ। ਜੇ ਅੱਗੇ ਪਾਸੇ ਆ ਗਿਆ ਵਿਦਿਆਲਿਆ ਗ੍ਰਾਮ, ਉਹ ਅੱਗੇ ਲਿਖਿਆ ਹੋਇਆ ਵੀ ਵਾਂ ਪਿੰਡ ਤੇ ਅੱਗੇ ਲਿਖਿਆ ਤਰਨ ਤਾਰਨ। ਹੁਣ ਤੁਸੀਂ ਇੱਥੇ ਮੈਂ ਇੱਕ ਗੱਲ ਨੋਟ ਵਿੱਚ ਐਡ ਕਰਦਾ, ਤਰਨ ਤਾਰਨ ਜ਼ਿਲ੍ਹਾ ਹੋ ਗਿਆ ਜੀ, ਅਮਰਕੋਟ ਮੇਰੇ ਨੇੜੇ ਪੈਂਦਾ, ਭਾਈ ਤਾਰਾ ਸਿੰਘ ਵਾਂ ਉੱਥੋਂ ਮੇਰੇ ਖਿਆਲ ਦੇ ਨਾਲ 15 ਤੋਂ 20 ਕਿਲੋਮੀਟਰ ਦੂਰ ਹੈ, ਕੋਈ ਤਾਲਮੇਲ ਹੀ ਨਹੀਂ ਬੈਠਦਾ। ਮਤਲਬ ਇਸ ਚੀਜ਼ ਦਾ ਮਤਲਬ ਪਤਾ ਕੀ ਹੈ, ਇੱਕ ਦੂਜੇ ਦੇ ਨਾਲ ਕੁੰਡੀ ਜੋੜੀ ਗਈ, ਕਨੈਕਸ਼ਨ ਜੋੜਿਆ ਗਿਆ ਤਾਂ ਕਿ ਸੰਭਲ ਦੇ ਵਿੱਚ ਨਾ ਆ ਸਕੇ, ਇਸ ਚੀਜ਼ ਨੂੰ ਸਮਝਿਆ ਹੀ ਨਾ ਜਾ ਸਕੇ, ਇਹਦੀ ਗੁੰਝਲ ਨੂੰ ਖੋਲਿਆ ਹੀ ਨਾ ਜਾ ਸਕੇ ਵੀ ਬੜੇ ਤਰੀਕੇ ਦੇ ਨਾਲ ਮਗੂ ਸਾਹਿਬ ਇਹ ਕੰਮ ਹੋ ਰਿਹਾ ਹੈ, ਇਹਨੂੰ ਡੀਪਲੀ ਡੂੰਘਿਆਈ ਦੇ ਵਿੱਚ ਜਾ ਕੇ ਬੜੇ ਤਰੀਕੇ ਦੇ ਨਾਲ ਸਾਨੂੰ ਸੋਚਣਾ ਪਵੇਗਾ ਜੀ। ਜਿਵੇਂ ਹੁਣ ਤੁਸੀਂ ਆਹ ਗੱਲ ਕੀਤੀ, ਮੈਨੂੰ ਇਹ ਦੱਸੋ ਵੀ ਹਾਜ਼ਰੀਆਂ ਕਿਵੇਂ ਲੱਗਦੀਆਂ ਨੇ। ਇੱਕ ਤਾਂ ਇਹ ਜਾਣਕਾਰੀ ਦਿਓ ਵੀ ਜਿਵੇਂ ਇੱਕ ਬੱਚਾ ਆ, ਮੰਨ ਲਓ ਵੀ ਉਹ ਫਸਟ ਕਲਾਸ ਹੈ, ਉਹ ਸਵੇਰੇ ਚਲਾ ਗਿਆ ਸਕੂਲ, ਬਿਲਕੁਲ, ਸਕੂਲ ਤੋਂ ਹੋ ਗਈ 3 ਵਜੇ ਉਹਨੂੰ ਛੁੱਟੀ, ਬਿਲਕੁਲ, ਉਸ ਤੋਂ ਬਾਅਦ ਕੀ ਹੁੰਦਾ? ਉਸ ਤੋਂ ਬਾਅਦ ਜਿਹੜੇ ਨੇ ਨਾ, ਜਿਹੜੇ ਤੇ ਥੋੜ੍ਹੇ ਸਹਿੰਦੇ ਨੇ, ਜਿਹਨਾਂ ਨੂੰ ਆਪਾਂ ਦੁਨਿਆਵੀ ਤੌਰ 'ਤੇ ਜਾਤਾਂ ਪਾਤਾਂ ਬਣਾਈਆਂ ਜ਼ਿਮੀਂਦਾਰ ਕਹਿ ਲਈਏ, ਉਹਨਾਂ ਦੇ ਬੱਚੇ ਤਾਂ ਜਾਂਦੇ ਨੇ ਚੰਗੇ ਟਿਊਸ਼ਨਾਂ ਸੈਂਟਰਾਂ ਦੇ ਵਿੱਚ, ਅਤੇ ਜਿਹੜੀ ਇਹ ਚੀਜ਼ ਪਰੋਸੀ ਜਾ ਰਹੀ ਹੈ ਇਹ ਆਮ ਵਰਗ ਨੂੰ ਪਰੋਸੀ ਜਾ ਰਹੀ ਹੈ, ਜਿਨ੍ਹਾਂ ਦੇ ਮਾਤਾ ਪਿਤਾ ਦਿਹਾੜੀਆਂ ਕਰਕੇ 250-300 ਰੁਪਈਆ ਲਿਆ ਕੇ ਆਪਣਾ ਗੁਜ਼ਾਰਾ ਕਰਦੇ ਆ, ਆਮ ਥੱਲੜੇ ਵਰਗ ਨੂੰ ਜੀ, ਉਹਨਾਂ ਦੇ ਬੱਚਿਆਂ ਨੂੰ ਲਿਆ ਜਾਂਦਾ ਵਾ। ਤੇ ਜਦੋਂ ਉਹਨਾਂ ਦੇ ਮਾਂ ਬਾਪ ਦੇ ਨਾਲ ਗੱਲ ਕੀਤੀ ਜਾਂਦੀ ਆ, ਉਹ ਕਹਿੰਦੇ ਜੀ ਸਾਡੇ ਬੱਚੇ ਫ੍ਰੀ ਪੜ੍ਹਦੇ ਆ, ਬਸ ਇਸੇ ਤਰੀਕੇ ਦੇ ਨਾਲ ਪੜ੍ਹਾਇਆ ਜਾ ਰਿਹਾ ਉਹਨਾਂ ਨੂੰ। 3 ਵਜੇ ਫਿਰ ਬੱਚੇ ਜਿਹੜੇ ਇਹ ਟਿਊਸ਼ਨ ਸੈਂਟਰ ਇਹ ਸਕੂਲ 'ਚ ਲੱਗਦਾ, ਕਿੱਥੇ ਲੱਗਦਾ? ਪਿੰਡਾਂ ਦੇ ਵਿੱਚ, ਘਰਾਂ ਦੇ ਵਿੱਚ ਲੱਗਦਾ, ਘਰਾਂ ਦੇ ਵਿੱਚ ਲੱਗਦਾ, ਸਾਰੇ ਬਾਕੀ ਬੱਚੇ ਆ ਜਾਂਦੇ, ਬਿਲਕੁਲ, ਪੂਰੇ ਪਿੰਡ ਦੇ, ਬਿਲਕੁਲ। ਅੱਛਾ,
ਇਹਦੇ ਵਿੱਚ ਜਿਹੜੇ ਜਿੱਥੋਂ ਤੱਕ ਮੈਂ ਵੇਖੇ ਆ 15 ਤੋਂ 20 25 ਤੋਂ 30 ਬੱਚੇ ਵੀ ਹੋ ਜਾਂਦੇ ਆ ਤੇ ਫਿਰ ਕਈ ਵਾਰੀ ਭੈਣਾਂ ਦੇ ਮੂੰਹ ਚੋਂ ਇਹ ਵੀ ਮਿਲਦਾ ਵਾ ਵੀ ਬੇਰੁਜ਼ਗਾਰੀ ਹੈ ਕਈ ਵਾਰ ਬੱਚੇ ਆਉਂਦੇ ਵੀ ਨਹੀਂ ਕਿਉਂਕਿ ਬੱਚੇ ਛੋਟੇ ਛੋਟੇ ਬੜੇ ਪ੍ਰੇਰ ਕੇ ਲਿਆਉਣਾ ਪੈਂਦਾ ਤੁਹਾਨੂੰ ਲੱਗਦਾ ਪਿਆ ਖਤਰਾ ਮਹਿਸੂਸ ਹੁੰਦਾ ਪਿਆ ਵੀ ਇਹ ਜਿਹੜੀ ਹੁਣ ਕਲਾਸ ਘਰਾਂ ਵਿੱਚ ਲੱਗਦੀ ਹੈ ਆਉਣ ਵਾਲੇ ਸਮੇਂ 'ਚ ਸਾਡੇ ਗੁਰਦੁਆਰਿਆਂ 'ਚ ਨਾ ਸ਼ੁਰੂ ਕਰ ਦੇਣ ਵੀ ਗੁਰਦੁਆਰਾ ਸ਼ਾਮ ਨੂੰ ਬਈ ਇੱਥੇ ਕਲਾਸ ਹੀ ਲਾਉਣੀ ਹੈ ਵੇਖੋ ਜੀ ਮੈਂ ਸਾਡੇ ਏਰੀਏ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚੋਂ ਆ ਕੇ ਜਿਨ੍ਹਾਂ ਨੂੰ ਸਾਡੇ ਪੰਜਾਬ ਦੇ ਲੋਕ ਬਈਏ ਕਹਿੰਦੇ ਨੇ ਉਹਨਾਂ ਨੇ ਸਕੂਲ ਖਰੀਦੇ ਹੋਏ ਠੇਕੇ 'ਤੇ ਲਏ ਹੋਏ ਨੇ ਠੇਕੇ ਦੇ ਸਕੂਲ ਲੈ ਕੇ ਬੱਚਿਆਂ ਨੂੰ ਪੜ੍ਹਾ ਰਹੇ ਨੇ ਹਾਂ ਬਿਲਕੁਲ ਇੱਕ ਦੋ ਗੁਰਦੁਆਰਿਆਂ ਦੇ ਵਿੱਚ ਮੈਂ ਖੁਦ ਵੇਖਿਆ ਮੈਂ ਜਾ ਕੇ ਪੁੱਛਿਆ ਦੂਜੀਆਂ ਸਟੇਟਾਂ ਦੇ ਬੱਗੇ ਆਣ ਕੇ ਗੁਰਦੁਆਰਿਆਂ ਦੇ ਵਿੱਚ ਟਿਊਸ਼ਨ ਪੜ੍ਹਾ ਰਹੇ ਨੇ ਪਰ ਜਦੋਂ ਮੈਂ ਜਾ ਕੇ ਤਹਿਕੀਕਾਤ ਕੀਤੀ ਜਦੋਂ ਉਹਨਾਂ ਤੋਂ ਮੰਗਿਆ ਉਹ ਕਹਿੰਦੇ ਜੀ ਨਹੀਂ ਐਸੀ ਕੋਈ ਬਾਤ ਨਹੀਂ ਆ ਮੈਂ ਖੁਦ ਟਿਊਸ਼ਨ ਪੜ੍ਹਦਾ ਰਿਹਾ ਇੱਕ ਭਈਏ ਦੇ ਕੋਲ ਪਰ ਉਦੋਂ ਇਸ ਚੀਜ਼ ਦਾ ਮੈਨੂੰ ਪਤਾ ਹੀ ਨਹੀਂ ਸੀ ਵੀ ਸਾਡੇ ਪਰੋਸਿਆ ਕੀ ਜਾ ਰਿਹਾ ਕੀਤਾ ਕੀ ਜਾ ਰਿਹਾ ਹੁਣ ਮੱਥੇ ਨੂੰ ਹੱਥ ਮਾਰਦੇ ਆ ਵੀ ਹੋ ਕੀ ਰਿਹਾ ਸਿੱਖੋ ਸੁਚੇਤ ਹੋ ਜਾਓ ਲੁੱਟੇ ਜਾ ਰਹੇ ਅਸੀਂ ਤੇ ਮਨ ਦੇ ਵਿੱਚ ਰੋਸ ਵੀ ਆਉਂਦਾ ਵੀ ਕਰੀਏ ਕੀ ਕੀਤਾ ਕੀ ਜਾਵੇ ਬੇੜੀਆਂ 'ਚ ਵੱਟੇ ਤਾਂ ਸਾਡਿਆਂ ਨੇ ਪਾਏ ਆ ਹੁਣ ਜਿਵੇਂ ਤੁਸੀਂ ਦੱਸਿਆ ਵੀ 3 ਵਜੇ ਤੋਂ ਬਾਅਦ ਬਿਲਕੁਲ ਉਹ ਘਰ ਦੇ ਵਿੱਚ ਕਲਾਸ ਲੱਗਦੀ ਹੈ ਉਹ ਇੱਕ ਕੁੜੀ ਆ ਕੇ ਪਿੰਡ ਦੀ ਹੁੰਦੀ ਹੈ ਜਾਂ ਲਾਂਵਲੇ ਪਿੰਡ ਤੋਂ ਆਉਂਦੀ ਹੈ ਵੇਖੋ ਜੀ ਇੱਕ ਪਿੰਡ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਬੱਚੀਆਂ ਨੇ ਇੱਕ ਪਿੰਡ ਦੇ ਵਿੱਚੋਂ ਤਿੰਨ ਤਿੰਨ ਬੱਚੀਆਂ ਦੋ ਦੋ ਤਿੰਨ ਤਿੰਨ ਬੱਚੀਆਂ ਇਹਦੋ ਜ਼ਿਆਦੀਆਂ ਵੀ ਹੈ ਇੱਕ ਪਿੰਡ ਮੇਰੇ ਕੋਲ ਆਇਆ ਜਿਹਦੇ ਵਿੱਚ 10 ਤੋਂ 12 ਇੱਕੇ ਵਾਰੀ ਪੜਾਉਂਦੀਆਂ ਨੇ ਨਾ ਜੀ ਨਾ ਆਪੋ ਆਪਣੇ ਘਰਾਂ ਦੇ ਵਿੱਚ ਕਿਸੇ ਦੇ ਕੋਲ 20 ਬੱਚੇ ਹੋ ਗਏ ਦੂਜੀ ਕੋਲ ਇੱਕ ਇੱਕ ਘਰ ਇੱਕ ਇੱਕ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਸੈਂਟਰ ਨੇ ਫਿਰ ਬਿਲਕੁਲ ਬਿਲਕੁਲ ਇੱਕ ਬੱਚੀ ਆਪਣੇ ਘਰ ਦੂਜੀ ਆਪਣੇ ਘਰ ਦੂਜੀ ਆਪਣੇ ਘਰ ਆਪਣੇ ਘਰ ਪਰ ਜਦੋਂ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਜਿਹੜੇ ਇਹਨਾਂ ਨੂੰ ਗਾਈਡ ਕਰਦੇ ਨੇ ਉਹ ਕਦੀ ਕਿਤੇ ਰੱਖ ਦਿੰਦੇ ਨੇ ਕਈ ਵਾਰੀ ਪੱਟੀ ਮੈਨੂੰ ਸੁਣਨ ਦੇ ਵਿੱਚ ਆਇਆ ਮੀਟਿੰਗਾਂ ਹੁੰਦੀਆਂ ਹੈ ਕਈ ਵਾਰੀ ਭਿੱਖੀ ਪਿੰਡ ਸੁਣਨ ਦੇ ਵਿੱਚ ਆਇਆ ਮੈਨੂੰ ਹੁੰਦੀਆਂ ਪਰ ਵੀਰ ਜੀ ਆਪਾਂ ਉਹਨਾਂ ਨੂੰ ਕਿਉਂ ਦੋਸ਼ ਦਈਏ ਉਹ ਆਪਣਾ ਕੰਮ ਕਰ ਰਹੇ ਨੇ ਉਹ ਆਪਣਾ ਦੋਸ਼ ਤੇ ਮੈਂ ਵਾਰ ਵਾਰ ਇਹ ਗੱਲ ਕਹਿਣਾ ਦੋਸ਼ ਸਾਡਿਆਂ ਦਾ ਹੈ ਮੈਂ ਆਪਣਿਆਂ ਤੇ ਹੀ ਥੋਪਾਂਗਾ ਉਹ ਕੰਮ ਕਰ ਰਹੇ ਨੇ ਆਪਣਿਆਂ ਤੇ ਥੋਪਾਂਗੇ ਉਸ ਤੋਂ ਬਾਅਦ ਕੀ ਹੁੰਦਾ ਹੈ ਜਿਵੇਂ ਹੁਣ ਮੰਨ ਲਓ ਬੱਚੀ ਆਈ ਉਹਨੇ ਆਪਣੀ ਕਲਾਸ ਲਈ ਹਾਂਜੀ ਕਲਾਸ ਦੇ ਵਿੱਚ ਉਹਨੇ ਇਹੀ ਸਿਲੇਬਸ ਪੜਾਉਣਾ ਜਿਹੜਾ ਉਹਦੇ ਕੋਲ ਬੁੱਕਸ ਹੈ ਜਾਂ ਸਕੂਲ ਦਾ ਪੜਾਉਣਾ ਸਕੂਲ ਦਾ ਵੀ ਕਰਵਾਉਂਦੇ ਨੇ ਅੱਛਾ ਸਕੂਲ ਦਾ ਵੀ ਜਿਵੇਂ ਕਹਿ ਦਿੱਤਾ ਜਾਵੇ ਆਟੇ 'ਚ ਲੂਣ ਥੋੜਾ ਜਿਹਾ ਗੁੜ ਲਾ ਕੇ ਚਟਾਉਣਾ ਪਰ ਕੰਮ ਮੁੜ ਕੇ ਇਹ ਕਰਵਾਉਣਾ ਪਰ ਪੜਾਉਣ ਵਾਲੀਆਂ ਬੱਚਿਆਂ ਨੂੰ ਵੀ ਇਹ ਨਹੀਂ ਪਤਾ ਵੀ ਇਹ ਹੈ ਕੀ ਕੁਛ ਜਿਹੜੇ ਪੜ੍ਹੀਆਂ ਲਿਖੀਆਂ ਉਹਨਾਂ ਨੂੰ ਪਤਾ ਹੈ ਪਰ ਬੜੇ ਤਰੀਕੇ ਦੇ ਨਾਲ ਇੱਕ ਬੱਚੀ ਜਿਹੜੀ ਮੈਨੂੰ ਮਿਲੀ ਮੈਂ ਪਿੰਡ ਦਾ ਨਾਮ ਨਹੀਂ ਲੈਣਾ ਉਹਨੂੰ ਆਪਣਾ ਨਾਮ ਤੱਕ ਨਹੀਂ ਲਿਖਣਾ ਆਉਂਦਾ ਉਹਨੂੰ ਆ ਰਜਿਸਟਰ ਦਿੱਤਾ ਉਹਨੂੰ ਇਹ ਕਾਪੀਆਂ ਦਿੱਤੀਆਂ ਵੀ ਤੂੰ ਬੱਚਿਆਂ ਨੂੰ ਪੜ੍ਹਾ ਦੱਸੋ ਕੀ ਪੜ੍ਹਾਵੇਗੀ ਉਹ ਬੱਚਿਆਂ ਨੂੰ ਕੀ ਪੜ੍ਹਾਵੇਗੀ ਉਹ ਬੱਚਿਆਂ ਨੂੰ ਸਾਡੇ ਸਕੂਲਾਂ ਦੇ ਇੱਕ ਟੀਚਰ ਬਣਾਉਂਦੇ ਆ ਹਾਂਜੀ ਉਸ ਟੀਚਰ ਦਾ ਐਜੂਕੇਸ਼ਨ ਮਿਆਰ ਕੀ ਦੇਖਦੇ ਆ ਉਹਨਾਂ ਦਾ ਮਿਆਰ ਦੇਖਦੇ ਨੇ ਵੀ ਉਹਨਾਂ ਦੀ ਬੁੱਧੀ ਬਹੁਤੀ ਵਿਕਾਸ ਨਾ ਕੀਤਾ ਹੋਵੇ ਕੇਵਲ 10ਵੀਂ ਪਲੱਸ 1 ਤੇ ਪਲੱਸ 2 ਤੱਕ ਦੀ ਬੱਚੀ ਨੂੰ ਲੈਂਦੇ ਨੇ ਆਮ ਪਿੰਡਾਂ ਦੇ ਵਿੱਚ ਤੇ ਜਿਹੜੀਆਂ ਇਹਨਾਂ ਨੂੰ ਗਾਈਡ ਕਰਦੀਆਂ ਨੇ ਉਹ ਥੋੜੀਆਂ ਐਮ ਏ ਬੀ ਏ ਵਾਲੀਆਂ ਹੋ ਜਾਂਦੀਆਂ ਭੈਣਾਂ ਉਹ ਜਿਹੜੀ ਗਾਈਡ ਕਰਦੀਆਂ ਬਿਲਕੁਲ ਤੇ ਐਮ ਏ ਬੀ ਏ ਵਾਲੀਆਂ ਨੂੰ ਜਿਹੜੇ ਗਾਈਡ ਕਰਦੇ ਨੇ ਉਹ ਪੀ ਐਚ ਡੀ ਤਾਂ ਤੱਕ ਦੀਆਂ ਗੱਲਾਂ ਨੇ ਬੜੇ ਤਰੀਕੇ ਦੇ ਨਾਲ ਤੇ ਜਿੰਨੀਆਂ ਵੀ ਇਹ ਭੈਣਾਂ ਦੇ ਕੋਲ ਅਸੀਂ ਗਏ ਆ ਨਾ ਜਿੰਨੀਆਂ ਵੀ ਇਹ ਭੈਣਾਂ ਇਹਨਾਂ ਭੈਣਾਂ ਦੇ ਕੋਲੋਂ ਜਿਹੜੇ ਉੱਪਰਲੇ ਪੀ ਐਚ ਡੀ ਵਾਲੇ ਨੇ ਉਹਨਾਂ ਕੋਲੇ ਸਾਰੀ ਜਾਣਕਾਰੀ ਰਜਿਸਟਰ ਆਈ ਜਾਂਦੀ ਹੈ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਆਪ ਲਾਈਵ ਬਣਾ ਕੇ ਇੰਟਰਵਿਊ ਦੇ ਕੇ ਤੇ ਮੁੜ ਕੇ ਜਿਹੜੇ ਆਪ ਜੀ ਦੇ ਮੇਨ ਸਾਰੇ ਵੀਰ ਕੰਮ ਕਰਦੇ ਹੋ ਤੇ ਉਹਨਾਂ ਦੇ ਨਾਲ ਬੈਠ ਕੇ ਵਿਚਾਰ ਕਰਦੇ ਬਿਲਕੁਲ ਇਸੇ ਤਰੀਕੇ ਦੇ ਨਾਲ ਹੋ ਰਿਹਾ ਅੱਛਾ ਫਿਰ ਹੋਰ ਜਾਣਕਾਰੀ ਦਿਓ ਤੁਸੀਂ ਬੱਚੀਆਂ ਨੂੰ ਜਾ ਕੇ ਮਿਲੇ ਹੋ ਹਾਂਜੀ ਧੀਆਂ ਭੈਣਾਂ ਨੇ ਅਸੀਂ ਕੋਈ ਐਸਾ ਸ਼ਬਦ ਨਹੀਂ ਵਰਤਦੇ ਕਿਉਂਕਿ ਧੀਆਂ ਭੈਣਾਂ ਵਾਲੇ ਧੀਆਂ ਭੈਣਾਂ ਨੂੰ ਤਰੀਕੇ ਨਾਲ ਹੀ ਗੱਲ ਬਿਲਕੁਲ ਜੀ ਬਿਲਕੁਲ ਸਾਨੂੰ ਇੱਕ ਜਾਣਕਾਰੀ ਹੋਰ ਦਿਓ ਜੋ ਤੁਸੀਂ ਬੱਚੀ ਨੂੰ ਜਾ ਕੇ ਮਿਲਦੇ ਹੋ ਉਹ ਤੁਹਾਨੂੰ ਕਹਿੰਦੀ ਵੀ ਮੇਰੀ 800 ਰੁਪਈਆ ਤਨਖਾਹ ਆ ਉਹ 800 ਰੁਪਈਆ ਤਨਖਾਹ ਬੱਚੀ ਕੋਲ ਕਿਵੇਂ ਪਹੁੰਚਦੀ ਹੈ ਉਹ ਜਿਹੜੀ ਤਨਖਾਹ ਪਿਛਲੇ ਇੰਟਰਵਿਊ ਦੇ ਵਿੱਚ ਵੀ ਗੱਲ ਇਹ ਕਰਨੀ ਰਹਿ ਗਈ ਸੀ ਉਹ ਅਕਾਊਂਟ ਰਾਹੀਂ ਪਹੁੰਚਦੀ ਹੈ ਅੱਛਾ ਅਕਾਊਂਟ ਰਾਹੀਂ ਪਹੁੰਚਦੀ ਬਿਲਕੁਲ ਪਰ ਇਹ ਬੱਚਿਆਂ ਦੀ ਜ਼ਬਾਨੀ ਹੈ ਵੀ ਸਾਨੂੰ ਪਤਾ ਨਹੀਂ ਲੱਗਦਾ ਵੀ ਕਿੱਥੋਂ ਆ ਰਹੀ ਕਦੀ ਕਿਸੇ ਅਕਾਊਂਟ 'ਚੋਂ ਆ ਜਾਂਦੀ ਹੈ ਕਦੀ ਇੱਕ ਅਕਾਊਂਟ ਨਹੀਂ ਵੀ ਇਹ ਨਹੀਂ ਵੀ ਮਹੀਨੇ ਪ੍ਰਤੀ ਸਾਲ ਸਾਲ ਮਹੀਨੇ ਦੇ ਇੱਕ ਅਕਾਊਂਟ 'ਚੋਂ ਕੋਈ ਪਤਾ ਨਹੀਂ ਕਦੀ ਕਿਸੇ ਅਕਾਊਂਟ 'ਚੋਂ ਕਦੀ ਕਿਸੇ 'ਚੋਂ ਕਦੇ ਕਿਸੇ 'ਚੋਂ ਕਦੇ ਕਿਸੇ 'ਚੋਂ ਉਹ ਆਪਣਾ ਜਿਹੜਾ ਵਾ ਨਾ ਉਹ ਚੋਰ ਆਪਣੀ ਇਸ ਤਰੀਕੇ ਦੇ ਨਾਲ ਉਹ ਮਗਰੋਂ ਛਾਪ ਸਾਫ ਕਰ ਜਾਂਦਾ ਵੀ ਪਤਾ ਨਹੀਂ ਲੱਗਣ ਦਿੰਦਾ ਬੈਂਕਾਂ ਕਿਹਨਾਂ ਦੀਆਂ ਨੇ ਸਵਾਲ ਮੈਂ ਖੜਾ ਕਰ ਦਿੰਦਾ ਕਿਹਨਾਂ ਦੀਆਂ ਨੇ ਕਿਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਇਹ ਬੜੇ ਤਰੀਕੇ ਨਾਲ ਸੋਚਣ ਸਮਝਣ ਵਾਲੀ ਗੱਲ ਹੈ ਅਸੀਂ ਬੈਂਕਾਂ ਦੇ ਵਿੱਚ ਜਾਂਦੇ ਹਾਂ ਸਾਡੇ ਤੇ ਅੰਗੂਠਾ ਛਾਪ ਨੇ ਪਤਾ ਹੀ ਕੁਛ ਨਹੀਂ ਹੈ ਵੀ ਕਿੱਦਾਂ ਕੀ ਕਰਨਾ ਵਾ ਬੜੇ ਤਰੀਕੇ ਦੇ ਨਾਲ ਉਹਨਾਂ ਦੀਆਂ ਤਰੀਕਾਂ ਆ ਰਹੀਆਂ ਮੈਂ ਇੱਕ ਭੈਣ ਨੂੰ ਕਿਹਾ ਵੀ ਸੀ ਕਿ ਭੈਣ ਵੀ ਜਿੱਥੋਂ ਤੁਹਾਡੀ ਤਨਖਾਹ ਆਉਂਦੀ ਹੈ ਉਹ ਭੈਣ ਨੇ ਮੈਨੂੰ ਕਿਹਾ ਕਿ ਵੀਰ ਜੀ ਕੋਈ ਇੱਕ ਅਕਾਊਂਟ ਨਹੀਂ ਹੈਗਾ ਜਿੱਥੋਂ ਪੈਸੇ ਆਉਂਦੇ ਆ ਕਈ ਵਾਰੀ ਤਨਖਾਹ ਆਉਂਦੀ ਕਈ ਵਾਰੀ ਆਉਂਦੀ ਵੀ ਨਹੀਂ ਕਈ ਭੈਣਾਂ ਇਸੇ ਕਰਕੇ ਛੱਡ ਦਿੱਤੀਆਂ ਬੱਚੀਆਂ ਨੂੰ ਜੇ ਪਿੰਡਾਂ ਦੇ ਵਿੱਚ ਅਪਾਇੰਟਮੈਂਟ ਦਿੱਤੀ ਹੈ ਉਹਨਾਂ ਨੂੰ ਅੱਗੇ ਨਿਯੁਕਤ ਕੀਤਾ ਹੈ ਉਹਨਾਂ ਨੂੰ ਨਿਯੁਕਤ
ਕੌਣ ਆਏ ਸੀ ਪਿੰਡਾਂ ਵਿੱਚ ਨਿਯੁਕਤ ਕਰਨ ਦੇ ਲਈ? ਇਸ ਚੀਜ਼ ਤੱਕ ਅਜੇ ਮੇਰੀ ਵੀ ਪਕੜ ਨਹੀਂ ਬਣ ਸਕੀ, ਪਰ ਉਹ ਦੱਸਦੇ ਨੇ ਕਿ ਹੈ ਪੰਜਾਬੀ, ਹੈ ਪੰਜਾਬੀ ਸਾਡੇ ਵਰਗੇ ਨੇ, ਦਾੜੇ ਕੇਸ ਰੱਖੇ ਨੇ, ਸਾਡੀਆਂ ਹੀ ਭੈਣਾਂ ਨੇ, ਨਾਮ ਦੇ ਨਾਲ ਕੌਰ ਲਕਬ ਲੱਗਦਾ ਏ, ਪਰ ਉਹਨਾਂ ਨੂੰ 10 to 20,000 ਦਿੱਤਾ ਜਾ ਰਿਹਾ। ਅੱਛਾ, ਉਹਨਾਂ ਨੂੰ 10 to 20,000 20,000 ਦਿੱਤਾ ਜਾ ਰਿਹਾ, 50 ਤੱਕ ਵੀ ਹੈ। ਮਤਲਬ ਜਿੰਨਾ ਗੁੜ ਪਾਓ ਓਨਾ ਹੀ ਮਿੱਠਾ। ਤੇ ਜਿਵੇਂ ਭਿੱਖੀ ਵਿੰਡ ਵਾਲੇ ਵੀਰ ਨੇ ਪਿਛਲੀ ਇੰਟਰਵਿਊ ਚ ਮੈਂ ਗੱਲ ਕੀਤੀ ਹੈ ਕਿ ਬੇਰੁਜ਼ਗਾਰ ਦਾ ਕੋਈ ਧਰਮ ਨਹੀਂ, ਇੱਥੋਂ ਤੱਕ ਸਾਡੇ ਗੁਰਦੁਆਰਿਆਂ ਦੇ ਜਿਹੜੇ ਸੇਵਾਦਾਰ ਨੇ, ਜਿਹੜੇ ਗੁਰਦੁਆਰਿਆਂ ਦੇ ਵਿੱਚ ਬੜੇ ਵਧੀਆ ਬਣ ਥਣ ਕੇ ਰਹਿੰਦੇ ਨੇ, ਉਹਨਾਂ ਦੀਆਂ ਬੱਚੀਆਂ ਇਹ ਕੰਮ ਕਰ ਰਹੀਆਂ। ਪੱਕੀ ਗੱਲ ਹੈ, ਗੱਲ ਸਬੂਤ ਹੈ, ਸਬੂਤ ਦੇ ਸਕਦਾ ਮੈਂ। ਇੱਥੋਂ ਤੱਕ ਕੰਮ ਹੋ ਗਿਆ ਬਿਲਕੁਲ ਜੀ, ਬੜੇ ਤਰੀਕੇ ਦੇ ਨਾਲ ਮੈਂ ਉਹਨਾਂ ਨੂੰ ਸਮਝਾਇਆ ਵੀ ਹੈ ਜਾ ਕੇ। ਹੁਣ ਇਹ ਨਾ ਕਹੀਏ ਵੀ ਲੱਕੜ ਨੂੰ ਘੁਣ ਲੱਗਾ, ਕਹੀਏ ਲੱਕੜ ਖਾਧੀ ਗਈ, ਖਤਮ ਹੋ ਗਿਆ। ਮਖੂ ਸਾਹਿਬ ਕੁਛ ਕਰ ਹੀ ਨਹੀਂ ਸਕਦੇ ਜਿੰਨੀ ਦੇਰ ਤੱਕ ਸਾਡੇ ਸਿੱਖ ਸੁਚੇਤ ਨਹੀਂ ਹੁੰਦੇ, ਕੁਛ ਨਹੀਂ। ਜੇ ਸਰਦਾਰ ਕਪੂਰ ਸਿੰਘ ਹੈ ਨਾ, ਉਹ ਇੱਕ ਗੱਲ ਲਿਖਦੇ, ਮੈਂ ਉਹਨਾਂ ਦੀ ਬੜੀ ਮੈਨੂੰ ਪਿਆਰੀ ਲੱਗੀ, ਕਹਿੰਦੇ ਪਤਾ ਪੰਜਾਬੀ ਕਿਹੋ ਜਿਹੇ ਨੇ, ਇਹਨਾਂ ਦੇ ਗਿੱਟੇ 'ਤੇ ਵੱਜ ਜੇ, ਇਹਨਾਂ ਦੇ ਲੱਕ 'ਚ ਵੱਜ ਜੇ, ਇਹਨਾਂ ਦੇ ਮੋਢੇ 'ਤੇ ਵੱਜਦੇ, ਇਹਨਾਂ ਦੇ ਮੱਥੇ 'ਚ ਵੱਜਦੇ, ਇਹਨਾਂ ਮਹਿਸੂਸ ਨਹੀਂ ਕਰਨੀ। ਜਦੋਂ ਇਹਨਾਂ ਦੇ ਇੱਥੇ ਤਾਲੂ 'ਚ ਵੱਜਦੀ, ਫੇਰ ਇਹ ਮਹਿਸੂਸ ਕਰਦੇ। ਹੁਣ ਸਾਡੇ ਸਾਰੇ ਵੱਜ ਗਈਆਂ, ਹੁਣ ਬਸ ਸਿਰ 'ਚ ਵੱਜਣ ਵਾਲੀ ਬਾਕੀ ਹੈ। ਜਿੱਦਣ ਇੱਥੇ ਵੱਜ ਗਈ, ਫੇਰ ਇਹਨਾਂ ਧਰਨਿਆਂ 'ਤੇ ਬਹਿ ਜਾਣਾ, ਧਰਨਿਆਂ 'ਤੇ ਫਿਰ ਡਾਂਗਾਂ ਖਾਣਗੇ। ਬਸ ਇਹੋ ਕੁਛ ਸਾਡੇ ਪੱਲੇ ਪੈ ਗਿਆ, ਇਹਦੋਂ ਵੱਧ ਸਾਡੇ ਕੁਝ ਛੱਡਿਆ ਹੀ ਨਹੀਂ। ਇਹਦੋਂ ਵੱਧ ਕੋਈ ਮੇਲਾ ਆ ਗਿਆ, ਲੰਗਰਾਂ ਦੇ ਵਿੱਚ ਫਸ ਜਾਣਗੇ, ਇਹਦੋਂ ਵੱਧ ਇਹਨਾਂ ਨੇ ਸਾਨੂੰ ਉਲਝਾ ਕੇ ਰੱਖ ਦਿੱਤਾ, ਇਹਦੋਂ ਵੱਧ ਅਸੀਂ ਕੁਛ ਕਰ ਹੀ ਨਹੀਂ ਸਕਦੇ ਜੀ। ਬੜੇ ਤਰੀਕੇ ਦੇ ਨਾਲ ਅਸੀਂ ਕਹਿੰਦੇ, ਮੈਂ ਫੇਰ ਕਹਿੰਦਾ ਪ੍ਰਚਾਰਕਾਂ ਨੂੰ ਸਾਂਭ ਲਓ, ਜੇ ਧਰਮ ਬਚਾਉਣਾ ਜੇ ਪ੍ਰਚਾਰਕਾਂ ਨੂੰ ਸਾਂਭ ਲਓ, ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੁਰਦੁਆਰਿਆਂ ਨੂੰ 100% ਜਿੰਦਰੇ ਇਹਨਾਂ ਮਰਵਾ ਦੇਣੇ ਜੀ। ਸਾਡੇ ਗੁਰਦੁਆਰਿਆਂ ਨੂੰ ਇੱਟੇ ਵੱਜਦੇ ਕਿ ਨਹੀਂ ਵੱਜਦੇ? ਕਿੰਨੀਆਂ ਖਬਰਾਂ ਸਾਡੇ ਨਗਰ ਕੀਰਤਨ ਰੋਕੇ ਜਾ ਰਹੇ ਆ, ਕਿੰਨਾ ਕੁਛ ਸਾਡੇ ਨਾਲ ਹੋ ਰਿਹਾ ਹੈ। ਇਹ ਬੜੇ ਤਰੀਕੇ ਨਾਲ ਚੱਲ ਰਹੇ ਆ। ਇਹਨਾਂ ਨੇ ਸੋਚ ਲਿਆ ਵੀ ਨਾ ਇਹ ਕਿਰਪਾਨ ਨਾ ਮਰੇ, 84 ਦੇ ਵਿੱਚ ਇਹਨਾਂ ਨੇ ਟਾਇਰ ਪਾ ਮਾਰੇ, ਠੀਕ ਆ, ਹੁਣ ਇਹਨਾਂ ਨੇ ਕਲਮ ਦੀ ਮਾਰ ਮਾਰਨੀ ਸ਼ੁਰੂ ਕਰ ਦਿੱਤੀ। ਮਗੂ ਸਾਹਿਬ ਤੁਸੀਂ ਵੀ ਜਾਣਦੇ ਜੀ, ਤੁਸੀਂ ਮੇਰੇ ਨਾਲੋਂ ਜ਼ਿਆਦਾ ਇਸ ਚੀਜ਼ ਦੇ ਵਿੱਚ ਅੱਗੇ ਜੇ, ਕਲਮ ਦੀ ਮਾਰੀ ਹੋਈ ਮਾਰ ਜਿਹੜੀ ਹੈ ਨਾ, ਜਦੋਂ ਇੱਕ ਵਾਰੀ ਉਹਦੀ ਨਿਬ ਟੁੱਟ ਜੇ, ਉਹਨੂੰ ਕੋਈ ਨਹੀਂ ਬਚਾ ਸਕਦਾ ਜੀ। ਬਿਲਕੁਲ ਜੀ, ਆਹ ਹੁਣ ਜਿਹੜੇ ਦਸਤਾਵੇਜ਼ ਨੇ ਦੋਸਤੋ, ਇੱਥੇ ਮੈਂ ਤੁਹਾਡੇ ਨਾਲ ਛੋਟੀ ਜਿਹੀ ਗੱਲ ਲੱਗਾ ਮੈਂ ਕਰਨ, ਇਹ ਜਿਹੜੇ ਦਸਤਾਵੇਜ਼ ਨੇ ਜਿਹੜੇ ਮੈਂ ਤੁਹਾਡੇ ਅੱਗੇ ਰੱਖ ਰਿਹਾ ਵਾਂ, ਇਹ ਖਾਲੀ ਦਸਤਾਵੇਜ਼ ਨਹੀਂ ਹੈ, ਇਹ ਉਹ ਦਸਤਾਵੇਜ਼ ਨੇ ਜਿਨ੍ਹਾਂ ਦੇ ਉੱਪਰ ਬੱਚਿਆਂ ਦੇ ਨਾਮ, ਟਿਊਸ਼ਨ ਸੈਂਟਰ, ਪੰਚ, ਸਰਪੰਚ, ਸਾਰਾ ਕੁਛ ਵੇਰਵਾ ਦਿੱਤਾ ਗਿਆ। ਬੱਚੇ ਕਿਹੜੀ ਕਲਾਸ ਦੇ ਨੇ, ਕਿਹੜੀ ਉਮਰ ਦੇ ਨੇ, ਕਿੱਦਣ ਆਏ ਅਤੇ ਕਿੱਦਣ ਨਹੀਂ ਆਏ, ਇੱਕ ਇੱਕ ਚੀਜ਼ ਦੀ ਹਾਜ਼ਰੀ ਪੈ ਰਹੀ ਹੈ ਅਤੇ ਹਾਜ਼ਰੀ ਜਿਹੜੀ ਹੈ ਉੱਪਰ ਤੱਕ ਜਾ ਰਹੀ ਹੈ। ਪੂਰੇ ਪੰਜਾਬ ਨੂੰ ਕਵਰ ਕੀਤਾ ਜਾ ਰਿਹਾ ਵੀ ਕਿਹੜਾ ਬੱਚਾ ਕਿੰਨੀ ਤਰੀਕ ਨੂੰ ਆਇਆ ਅਤੇ ਕਿੰਨੀ ਤਰੀਕ ਨੂੰ ਨਹੀਂ ਆਇਆ, ਸਾਰਿਆਂ ਦਾ ਸਾਰਾ ਡਾਟਾ ਮਾਪਿਆਂ ਕੋਲ ਨਹੀਂ ਹੈ ਪਰ ਅਗਲਿਆਂ ਕੋਲ ਹੈ। ਇੱਥੋਂ ਅੰਦਾਜ਼ਾ ਲਾ ਕੇ ਵੇਖਿਆ ਜੀ ਵੀ ਸਾਡੇ ਪੰਜਾਬ ਦੇ ਹਾਲਾਤ ਕੀ, ਇਹ ਜਿਹੜੇ ਦਸਤਾਵੇਜ਼ ਸਾਡੇ ਹੱਥ ਲੱਗੇ ਨੇ, ਮੈਨੂੰ ਲੱਗਦਾ ਵੀ ਇਹ ਦਸਤਾਵੇਜ਼ ਜਨਤਕ ਕਰਨ ਤੋਂ ਬਾਅਦ ਵੀਰ ਹੀਰਾ ਸਿੰਘ ਬਲਟੂਆ ਨੂੰ ਵੀ ਖਤਰਾ ਕਹਿ, ਅਤੇ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਖਤਰੇ ਸਾਡੇ 'ਤੇ ਅੱਗੇ ਬਹੁਤ ਨੇ। ਅਨੇਕ ਤਰੀਕੇ ਦੇ ਨਾਲ ਕੋਈ ਨਾ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈ ਅਤੇ ਵਾਰ ਵਾਰ ਕੀਤੇ ਜਾਂਦੇ ਨੇ, ਇਹ ਵੀਡੀਓ ਡਿਲੀਟ ਕਰ ਦਿਓ, ਪਰ ਨਹੀਂ ਐਸਾ ਨਹੀਂ ਹੁੰਦਾ ਕਿ ਵੀਡੀਓ ਡਿਲੀਟ ਹੋ ਜਾਵੇ। ਦਸਤਾਵੇਜ਼ ਦੇ ਨਾਲ ਤੁਸੀਂ ਜੇ ਬਾਹਲੀ ਗੱਲ ਤੁਹਾਨੂੰ ਲੱਗਦੀ ਹੈ, ਤੁਹਾਨੂੰ ਮੌਕਾ ਦਿੱਤਾ ਜਾਂਦਾ ਆਪਣੀ ਗੱਲ ਰੱਖਣ ਦਾ, ਤੁਸੀਂ ਆਪਣੀ ਗੱਲ ਰੱਖੋ, ਪਰ ਐਸਾ ਨਹੀਂ ਹੈ ਕਿ ਆਪਣੀ ਗੱਲ ਰੱਖੋ ਵੀ ਨਾ, ਦਲੀਲ ਦਾ ਜਵਾਬ ਵੀ ਨਾ ਦਿਓ ਅਤੇ ਤੁਸੀਂ ਕਹੋ ਵੀ ਵੀਡੀਓ ਡਿਲੀਟ ਕਰ ਦਿੱਤੀ ਜਾਵੇ, ਐਸਾ ਨਹੀਂ ਹੁੰਦਾ। ਅਤੇ ਇੱਕ ਗੱਲ ਵੀਰ ਜੀ ਮੈਂ ਹੋਰ ਇੱਥੇ ਐਡ ਕਰਨੀ ਚਾਹੁੰਦਾ ਜੀ, ਜਿਸ ਤਰੀਕੇ ਦੇ ਨਾਲ ਇਹ ਸਾਰੇ ਦਾ ਸਾਰਾ ਕੰਮ ਹੋ ਰਿਹਾ ਹੈ, ਅਸੀਂ ਹੁਣ ਇਹਨੂੰ ਜੇਕਰ ਠੱਲ ਪਾਉਣੀ ਆ ਨਾ, ਬੜੀ ਵੱਡੀ ਲਹਿਰ ਖੜੀ ਕਰਨੀ ਪੈਣੀ ਹੈ, ਫਿਰ ਇਹ ਕੁਛ ਹੋ ਸਕਦਾ। ਸਾਡੇ ਪਿੰਡਾਂ ਦੇ ਵਿੱਚ ਇਹ ਗੱਲ ਕਰਨੀ ਪੈਣੀ ਹੈ। ਤੇ ਜੇ ਅਸੀਂ ਬੰਦ, ਤਾਂ ਮੈਂ ਬੰਦ ਨੂੰ ਨਹੀਂ ਕਹੂੰਗਾ ਕਿਉਂਕਿ ਉਹਨਾਂ ਦੇ ਮੂੰਹ 'ਚ ਨਵਾਲਾ ਹੈ, ਅਸੀਂ ਕਿਸੇ ਬੱਚੀ ਦਾ ਨਹੀਂ ਖੋ ਸਕਦੇ, ਠੀਕ ਹੈ। ਪਰ ਬੱਚੀਆਂ ਜਦੋਂ ਕੋਲ, ਬੱਚੀਆਂ ਕੋਲ ਅਸੀਂ ਜਾਂਦੇ, ਉਹ ਕਹਿੰਦੇ ਅਸੀਂ ਸਕੂਲ ਦਾ ਪੜ੍ਹਾ ਰਹੇ ਹਾਂ, ਆਹ ਸਾਰੀਆਂ ਬੱਚੀਆਂ ਦੀ ਗੱਲਬਾਤ ਹੈ, ਇਹੋ ਹੀ ਉਹ ਜਿਵੇਂ ਤੋਤਾ ਰਟਨ ਕਰਵਾ ਦੇਈਦਾ ਨਾ, ਇਹੋ ਕਹਿ ਰਹੇ ਆ ਅਸੀਂ ਸਕੂਲ ਦਾ ਹੀ ਪੜ੍ਹਾ ਰਹੇ ਹਾਂ। ਸਵਾਲ ਮੈਂ ਫਿਰ ਰੱਖਦਾ, ਨਰਸਰੀ ਤੋਂ 5ਵੀਂ ਹੀ ਕਿਉਂ? ਆਹ ਕਿਤਾਬਾਂ, ਜਿਹੜੇ ਵੀ ਵੀਰ ਸਵਾਲ ਕਰਨਗੇ ਉਹਨਾਂ ਨੂੰ ਕਹੋ ਆ ਸਾਨੂੰ ਕਿਤਾਬਾਂ ਵਿਖਾਓ, ਸਾਨੂੰ ਆ ਹਾਜ਼ਰੀ ਰਜਿਸਟਰ ਵਿਖਾਓ, ਆਪਣੇ ਪਿੰਡਾਂ ਦੇ ਵਿੱਚ ਸਮਾਗਮ ਰੱਖੋ, ਅਸੀਂ ਉੱਥੇ ਆਣ ਕੇ ਗੱਲਬਾਤ ਕਰਾਂਗੇ, ਔਰ ਪਿੰਡਾਂ ਦੇ ਲੋਕ ਸਾਥ ਦੇਣ ਸਾਡਾ। ਅਸੀਂ ਤੇ ਕਿਤੇ ਸ਼ਾਮ ਨੂੰ ਚਲੇ ਜਾਈਏ, ਪ੍ਰੋਗਰਾਮ ਰੱਖੀ ਦੇਣੇ ਆਮ ਨੂੰ, ਕੋਈ ਨਹੀਂ ਆ ਰਿਹਾ ਹੁੰਦਾ, 10 ਸਰੀਰ ਨੇ। ਬੜੇ ਤਰੀਕੇ ਦੇ ਨਾਲ ਮਖੂ ਸਾਹਿਬ ਆ ਰਿਹਾ, ਮੈਂ ਹੱਥ ਜੋੜ ਕੇ ਸਿੱਖਾਂ ਦੇ ਅੱਗੇ ਬੇਨਤੀ ਕਰਦਾ, ਸੁਚੇਤ ਹੋ ਜਾਈਏ, ਨਹੀਂ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਨਾ,
ਬਹੁਤ ਭਿਆਨਕ ਹੈ ਤੇ ਸਾਨੂੰ ਦੇਸ਼ ਵੀ ਰਿਹਾ ਹੈ। ਦਿਲ ਦੀਆਂ ਗਹਿਰੀਆਂ ਤੋਂ ਤੁਹਾਡੇ ਧੰਨਵਾਦੀਆਂ। ਤੁਸੀਂ ਥਰਡ ਟਾਈਮ ਸਾਡੇ ਅਕਾਲ ਚੈਨਲ ਦੇ ਉੱਪਰ ਆ ਕੇ ਆਪਣੀ ਗੱਲ ਰੱਖੀ ਹੈ ਤੇ ਅਕਾਲ ਚੈਨਲ ਨੇ ਇਸ ਆਵਾਜ਼ ਨੂੰ ਘਰ ਘਰ ਅਪਣਾਉਣ ਦਾ ਜਿਵੇਂ ਤਖਈਆ ਕੀਤਾ ਬੜੀ ਦੂਰ ਤੱਕ ਗਈ ਹੈ ਔਰ ਤੁਸੀਂ ਦੱਸ ਦਿਓ ਵੀ ਉਹਦਾ ਰਿਸਪੌਂਸ ਵੀ ਸਾਨੂੰ ਆਇਆ। ਬਿਲਕੁਲ ਬਿਲਕੁਲ ਬਹੁਤ ਬਹੁਤ ਜ਼ਿਆਦਾ ਮੈਂ ਤੁਹਾਡਾ ਧੰਨਵਾਦ ਕਰਦਾ ਵਾਂ ਵੀ ਤੁਸੀਂ ਇਹ ਆਵਾਜ਼ ਜਿਹੜੀ ਆ ਦੁਨੀਆ ਤੱਕ ਪਹੁੰਚਾਈ ਹੈ ਤੇ ਮੈਨੂੰ ਵੀਰਾਂ ਦਾ ਰਿਸਪੌਂਸ ਵੀ ਆਇਆ ਪਰ ਜਿੰਨੇ ਵੱਡੇ ਪੱਧਰ ਤੇ ਆਉਣਾ ਚਾਹੀਦਾ ਓਨਾ ਅਜੇ ਨਹੀਂ ਆ ਰਿਹਾ। ਬਿਲਕੁਲ ਜੀ, ਅਸੀਂ ਤੁਹਾਡੀ ਆਵਾਜ਼ ਨੂੰ ਦੁਨੀਆ ਤੱਕ ਲੈ ਕੇ ਚੱਲਾਂਗੇ। ਸੋ ਦਰਸ਼ਕੋ, ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਸਾਂਝ ਲੱਗਾ ਮੈਂ ਕਰਨ। ਬੜੀ ਗੱਲ ਨੂੰ ਬਰੀਕੀ ਦੇ ਨਾਲ ਬੇਬਾਕੀ ਦੇ ਨਾਲ ਸੁਣਿਆ ਜੇ, ਹਕੀਕਤ ਅਸਲ ਦੇ ਅੰਦਰ ਕੀ ਹੈ, ਪੰਜਾਬ ਦੇ ਹਾਲਾਤ ਕੀ ਹੋਏ ਪਏ ਨੇ। ਇੰਝ ਕਹਿ ਸਕਦਾ ਵੀ ਅੱਗੇ ਆਪਾਂ ਕਹਿੰਦੇ ਹੁੰਦੇ ਹਾਂ ਵੀ ਲੱਕੜ ਨੂੰ ਘੁਣ ਲੱਗ ਗਿਆ, ਪਰ ਹੁਣ ਤਾਂ ਮੈਨੂੰ ਲੱਗਦਾ ਵੀ ਲੱਕੜ ਖਾਧੀ ਜਾ ਚੁੱਕੀ ਹੈ, ਉਹ ਬਾਲਾ ਸਾਨੂੰ ਬਦਲਣਾ ਪੈਣਾ। ਅਤੇ ਬਾਲਾ ਬਦਲਣ ਦੇ ਲਈ ਸਾਡਾ ਇੱਕੋ ਇੱਕ ਤਰੀਕਾ ਕਿ ਵੀ ਅਸੀਂ ਕਿਸੇ ਦੇ ਮੂੰਹ ਦੇ ਵਿੱਚੋਂ ਰੁਜ਼ਗਾਰ ਖੋਣ ਦੀ ਬਜਾਏ ਸਾਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਜਿਹੜੀਆਂ ਨੇ ਇਹ ਕੀ ਕਰਦੀਆਂ ਨੇ, ਇਹ ਉਦਮ ਅਤੇ ਉਪਰਾਲਾ ਕਰਨ, ਇਹ ਉਹਨਾਂ ਬੱਚੀਆਂ ਨੂੰ ਰੁਜ਼ਗਾਰ ਦੇ ਦੇਣ, ਕਿਉਂਕਿ ਬੱਚੀਆਂ ਕਹਿੰਦੀਆਂ ਵੀ ਸਾਨੂੰ ਤਾਂ ਰੁਜ਼ਗਾਰ ਹੈ, ਅਸੀਂ ਕੰਮ ਕਰਦੀਆਂ ਵਾਂ, ਤੁਸੀਂ ਰੁਜ਼ਗਾਰ ਦੇ ਦਿਓ, ਤੁਸੀਂ ਸਾਨੂੰ 1,000-2,000 ਰੁਪਈਆ ਤਨਖਾਹ ਦੇ ਦਿਓ, ਅਸੀਂ ਤੁਹਾਡਾ ਪੜਾਉਣ ਲੱਗ ਪੈਂਦੀਆਂ ਵਾਂ। ਬਿਲਕੁਲ, ਇੱਕ ਪ੍ਰਚਾਰਕ ਪਿੰਡ ਵਿੱਚ ਜਾਵੇ, ਜਿਹੜਾ ਬੱਚੀਆਂ ਦੀ ਕੈਂਪ ਲਗਾਵੇ, ਬੱਚੀਆਂ ਨੂੰ ਜਾਣਕਾਰੀ ਦਿੱਤੀ ਜਾਵੇ, ਸੈਕਿੰਡ ਨੰਬਰ ਦੇ ਉੱਪਰ ਉਹੀ ਜਿਹੜਾ ਵੱਡੀ ਸੰਸਥਾ ਉਹਨਾਂ ਬੱਚੀਆਂ ਨੂੰ ਰੁਜ਼ਗਾਰ ਦੇਵੇ, ਬੱਚੀਆਂ ਨੂੰ ਰੁਜ਼ਗਾਰ ਮਿਲ ਜਾਵੇਗਾ, ਬੱਚੀਆਂ ਨੂੰ ਕੈਂਪ ਦੇ ਅੰਦਰ ਤਿਆਰ ਕੀਤਾ ਜਾਵੇਗਾ, ਉਹੀ ਬੱਚੀਆਂ ਜਿਹੜੀਆਂ ਨੇ ਉਹ ਪਿੰਡ ਪਿੰਡ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲੱਗ ਪੈਣਗੀਆਂ। ਸੋ ਦਰਸ਼ਕੋ, ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮੱਕੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।